ਹਾਂਜੀ ਸਟਾਰਟ ਕਰਦੇ ਆਂ ਫਰਸਟ ਕੁਐਸਚਨ ਤੋਂ ਸਿੱਖ ਧਰਮ ਦੇ ਮੋਢੀ ਗੁਰੂ ਕੌਣ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 1 ਸਿੱਖ ਧਰਮ ਦੇ ਮੋਢੀ ਗੁਰੂ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਦਾ ਜਨਮ ਕਦੋਂ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਹੋਇਆ ਸੀ ਤੇ ਸਮਤ ਦੀ ਗੱਲ ਕਰੀਏ ਤਾਂ ਸਮਤ 1526 ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅੱਛਾ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਤਾਂ ਇਹਨਾਂ ਦਾ ਜਨਮ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਪਹਿਲਾਂ ਇਸ ਨੂੰ ਰਾਏ ਪੋਏ ਦੀ ਤਲਵੰਡੀ ਜ਼ਿਲ੍ਹਾ ਸੇਖੂਪੁਰਾ ਵੀ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਬਾਰੇ ਗਲ ਕਰੀਏ ਤਾਂ ਇਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਮਹਿਤਾ ਕਲਿਆਣ ਦਾਸ ਜਾਂ ਫਿਰ ਮਹਿਤਾ ਕਾਲੂ ਨਾਲ ਵੀ ਜਾਣਿਆ ਜਾਂਦਾ ਹੈ ਤੇ ਮਾਤਾ ਦਾ ਨਾਮ ਤਿਰਪਤਾ ਮਾਤਾ ਤਿਰਪਤਾ ਇਹਨਾਂ ਦੀ ਮਾਤਾ ਦਾ ਨਾਂ ਸੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਰੇ ਗਲ ਕਰੀਏ ਤਾਂ ਇਹਨਾਂ ਦਾ ਵਿਆਹ ਗੁਰਦਾਸਪੁਰ ਦੇ ਵਸਨੀਕ ਮੂਲचंद ਦੀ ਸੁਪੁੱਤਰੀ ਸੁਲੱਖਣੀ ਜੀ ਨਾਲ ਹੋਇਆ ਸੀ ਇਹ ਵਿਆਹ ਸਮਤ 1500 44 ਵਿੱਚ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਤਾਨ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਦੋ ਪੁੱਤਰ ਸਨ ਪਹਿਸ ਦਾ ਨਾਮ ਸੀ ਬਾਬਾ ਸ਼੍ਰੀਚੰਦ ਬਾਬਾ ਸ਼੍ਰੀਚੰਦ ਜਿਨ੍ਹਾਂ ਦਾ ਜਨਮ 1495 ਵਿੱਚ ਹੋਇਆ ਸੀ ਸੈਕਿੰਡ ਪੁੱਤ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਸੈਕਿੰਡ ਪੁੱਤਰ ਦਾ ਨਾਮ ਸੀ ਬਾਬਾ ਲਖਮੀ ਚੰਦ ਜੀ ਬਾਬਾ ਲਕਮੀ ਚੰਦੀ ਜਿਨ੍ਹਾਂ ਦਾ ਜਨਮ 1497 ਵਿੱਚ ਹੋਇਆ ਸੀ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਗੁਰੂ ਨਾਨਕ ਦੇਵ ਜੀ ਸੈਕੰਡ ਦਿੱਤਾ ਹੈ ਸ਼ੰਕਰਾਚਾਰਿਆ ਥਰਡ ਦਿੱਤਾ ਹੈ ਰਾਮਾਨੰਦ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਸਨ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਸਿੱਖ ਧਰਮ ਦਾ ਸੰਸਥਾਪਕ ਵੀ ਕਿਹਾ ਜਾਂਦਾ ਹੈ ਤੇ ਇਸ ਟਾਈਮ ਜਿਹੜੇ ਮੁਗਲ ਸ਼ਾਸਕ ਸਨ ਉਹ ਸਨ ਬਾਬਰ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਸ਼ਚਨ ਆਂਦਾ ਹੈ ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ਤਾਂ ਸਿੱਖ ਧਰਮ ਦੇ ਜਿਹੜੇ ਸੰਸਥਾਪਕ ਸਨ ਉਹ ਸਨ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਡਾ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕਰਮ ਸਮਤ ਵਿੱਚ ਹੋਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ 1526 ਸੈਕਿੰਡ ਦਿੱਤਾ ਹੈ 1539 ਥਰਡ ਹੈਗਾ 1469 ਤੇ ਫੋਰਥ ਦਿੱਤਾ ਹੈ 1549 ਤੇ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1st 1526 ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੋਣ ਸੀ ਸਾਡੇ ਕੋਲ ਚਾਰ অপਸ਼ਨ ਨੇ 1st ਹੈਗਾ ਅਕਬਰ 2nd ਦਿੱਤਾ ਹੈ ਬਾਬਰ 3rd ਦਿੱਤਾ ਹੈ ਹਮਾਇੂ ਤੇ 4th ਹੈਗਾ ਜਹਾਂਗੀਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਬਾਬਰ অপਸ਼ਨ ਨੰਬਰ 2 ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ਸਾਡੇ ਕੋਲ ਚਾਰ অপਸ਼ਨ ਨੇ ਫਰਸਟ ਹੈਗਾ ਸ਼੍ਰੀ ਮਹਿਤਾ ਕਾਲੂ ਸੈਕਿੰਡ ਦਿੱਤਾ ਹੈ ਸ਼੍ਰੀ ਫੇਰੂਮਲ ਥਰਡ ਹੈਗਾ ਸ਼੍ਰੀ ਤੇਜਪਾਲ ਤੇ ਫੋਰਥ ਦਿੱਤਾ ਹੈ ਸ੍ਰੀ ਹਰੀਰਾਮ ਤਾਂ ਸਾਰਿਆਂ ਨੂੰ ਪਤਾ ਹੈ ਇਸ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ অপਸ਼ਨ ਨੰਬਰ 1 ਸ੍ਰੀ ਮਹਿਤਾ ਕਾਲੂ ਇਹਨਾਂ ਦੇ ਪਿਤਾ ਦਾ ਨਾਂ ਸੀ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸ਼ਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਂ ਸੀ ਸਾਡੇ ਕੋਲ ਚਾਰ অপਸ਼ਨ ਦਿੱਤੇ ਹੋਏ ਨੇ ਫਰਸਟ ਜਿਹੜਾ ਹੈ ਦਇਆਕੌਰ ਸੈਕੰਡ ਦਿੱਤਾ ਹੈ ਬੀਬੀ ਖੀਵੀ 3rd ਹੈਗਾ ਤ੍ਰਿਪਤਾ ਦੇਵੀ ਤੇ 4th ਦਿੱਤਾ ਹੈ ਬੀਬੀ ਪਾਨੀ ਤਾਂ ਇਸ ਕੁਸ਼ਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਤ੍ਰਿਪਤਾ ਦੇਵੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਸੀ ਨੈਕਸਟ ਕੁਸ਼ਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਸ਼ਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ਸਾਡੇ ਕੋਲ ਚਾਰ অপਸ਼ਨ ਨੇ ਫਸ ਦਿੱਤਾ ਹੈ ਮੰჯੀਆਂ ਸੈਕਿੰਡ ਦਿੱਤਾ ਹੈ ਉਦਾਸੀਆਂ ਥਰਡ ਹੈਗਾ ਪੀੜੀਆਂ ਤੇ ਫੋਰਥ ਦਿੱਤਾ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਹਾ ਜਾਂਦਾ ਹੈ ਉਦਾਸੀਆਂ ਇਹਨਾਂ ਨੇ ਚਾਰ ਯਾਤਰਾਵਾਂ ਕੀਤੀਆਂ ਸਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਰਾਣਾ ਨਗਰ ਉਸਿਆਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਤਰਨ ਧਰਨ ਸੈਕਿੰਡ ਦਿੱਤਾ ਹੈ ਖਡੂਰ ਸਾਹਿਬ ਥਰਡ ਹੈਗਾ ਕਰਤਾਰਪੁਰ ਜਿਹੜਾ ਜਲੰਧਰ ਵਿੱਚ ਹੈਗਾ ਤੇ ਫੋਰਥ ਹੈਗਾ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਤਾਂ ਇਸ ਕੁਸ਼ਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਆਪਸ਼ਨ ਨੰਬਰ ਡੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਉਹ ਨਗਰ ਵਸਾਇਆ ਸੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਸੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਇਸ ਕੁਸ਼ਣ ਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਸੰਗਤ ਅਤੇ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਸ਼ਣ ਆ ਜਾਂਦਾ ਹੈ ਜੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈਗਾ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈਗਾ ਬਿਆਸ ਸੈਕੰਡ ਦਿੱਤਾ ਹੈ ਸਤਲੁਜ 3rd ਹੈਗਾ ਚਨਾਬ ਤੇ 4th ਹੈਗਾ ਰਾਵੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਉਹ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਮੋਹਨ ਤੇ ਮੋਹਰੀ ਸੈਕਿੰਡ ਦਿੱਤਾ ਹੈ ਦਾਤੂ ਤੇ ਦਾਸੂ 3rd ਹੈਗਾ ਸ਼ਰੀ ਚੰਤੇ ਲక్ష్ਮੀ ਚੰਦ ਤੇ ਫੋਰਥ ਦਿੱਤਾ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ অপਸ਼ਨ ਨੰਬਰ ਸੀ ਸ਼ਰੀ ਚੰਤੇ ਲక్ష్ਮੀ ਚੰਦ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਸਨ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਸ਼ਣ ਆ ਜਾਂਦਾ ਜੀ ਜਪੂਜੀ ਸਾਹਿਬ ਕਿਸ ਦੀ ਰਚਨਾ ਹੈ ਇਸ ਦੇ ਕੁਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕੰਡ ਹੈਗਾ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਜਪੂਜੀ ਸਾਹਿਬ ਜਿਹੜੀ ਰਚਨਾ ਹੈ ਉਹ ਹੈਗੀ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੈਕੰਡ ਦਿੱਤਾ ਹੈ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ ਥਰਡ ਹੈਗਾ ਸਮਾਜਿਕ ਸੁਧਾਰ ਕਰਨੇ ਤੇ ਫੋਰਥ ਹੈਗਾ ਈਸ਼ਵਰ ਦੀ ਮਹਿਮਾ ਦੱਸਣਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਦਾ ਮੁੱਖ ਉਦੇਸ਼ ਸੀ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਹੈਗਾ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਤਾਂ ਕੀਰਤਨ ਦੀ ਜਿਹੜੀ ਪ੍ਰਥਾ ਸਟਾਰਟ ਕੀਤੀ ਸੀ ਉਹ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ ਸੀ ਤੇ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਕਾਲੀ ਬਈ ਸੈਕਿੰਡ ਦਿੱਤਾ ਹੈ ਚਿੱਟੀ ਬਈ ਥਰਡ ਹੈਗਾ ਵਿਆਸ ਨਦੀ ਤੇ ਫੋਰਥ ਹੈਗਾ ਰਾਵੀ ਨਦੀ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ A ਕਾਲੀ ਬਈ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਾਲੀ ਬਈ ਨਾਮਕ ਸਥਾਨ ਤੇ ਹੋਈ ਸੀ ਨੈਕਸਟ ਕੁਸ਼ਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਸ਼ਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਹੜੇ ਸਥਾਨ ਤੋਂ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਕਰਤਾਰਪੁਰ ਸੈਕੰਡ ਦਿੱਤਾ ਹੈ ਸultanpur ਥਰਡ ਹੈਗਾ ਸੈਦਪੁਰ ਤੇ ਫੋਰਥ ਹੈਗਾ ਗੋ ਰਕ ਮੱਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਜਿਹੜੀ ਕੀਤੀ ਸੀ ਉਹ ਕਿਤੀ ਸੀ ਸੈਯਦਪੁਰ ਤੋਂ অপਸ਼ਨ ਨੰਬਰ 3 ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਨੈਕਸਟ ਕੁਐਸ਼ਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਤਾਰਾ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਹੈ ਸਿੱਖ ਸੈਕੰਡ অপਸ਼ਨ ਹੈਗਾ ਗੁਰੂ ਦਾ ਚੇਲਾ 3 ਹੈਗਾ ਖਾਲਸਾ ਤੇ 4th ਦਿੱਤਾ ਹੈ ਸਿੰਘ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ অপਸ਼ਨ ਨੰਬਰ 1 ਸਿੱਖ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਿਹਾ ਜਾਂਦਾ ਸੀ ਸਿੱਖ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਗੱਦੀ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਜਿਹੜਾ ਗੁਰੂ ਨਾਨਕ ਦੇਵ ਜੀ ਸੈਕਿੰਡ ਹੈਗਾ ਗੁਰੂ ਅੰਗਦ ਦੇਵ ਜੀ 3rd ਹੈਗਾ ਗੁਰੂ ਹਰਗੋਬਿੰਦ ਜੀ ਤੇ 4th ਹੈ ਕਹ ਸੰਤ ਕਬੀਰ ਜੀ ਤਾਂ ਗੁਰੂ ਗੱਦੀ ਦੀ ਜਿਹੜੀ ਪਰੰਪਰਾ ਉਹ ਸਟਾਰਟ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਖਡੂਰ ਸਾਹਿਬ ਸੈਕਿੰਡ ਦਿੱਤਾ ਹੈ ਪਾਣੀਪਤ ਥਰਡ ਹੈਗਾ ਗੋਲਕੁੰਡਾ ਤੇ ਫੋਰਥ ਦਿੱਤਾ ਹੈ ਕਰਤਾਰਪੁਰ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਜਿਹੜਾ ਅਖੀਰਲਾ ਸਮਾ ਹੈਗਾ ਸੀ ਉਹ ਬਤੀਤ ਕੀਤਾ ਸੀ ਕਰਤਾਰਪੁਰ ਵਿੱਚ ਤਾਂ ਇਸ ਕੁਸ਼ਨ ਦਾ অপਸ਼ਨ ਡੀ ਆਪਣਾ ਜਿਹੜਾ கரெਕਟ ਹੋ ਜਾਵੇਗਾ ਅੱਜ ਦੀ ਵੀਡੀਓ ਦਾ ਲਾਸਟ ਕੁਸ਼ਨ ਜਿਹੜਾ ਕਿ ਤੁਹਾਡੇ ਲਈ ਹੈਗਾ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਇਸਨ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਸਹੀ ਜੋੜ ਬਣਾਓ ਤਾਂ ਇੱਕ ਪਾਸੇ ਉਦਾਸੀ ਦਾ ਨਾਮ ਦਿੱਤਾ ਹੈ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਤੇ ਚੌਥੀ ਉਦਾਸੀ ਤੇ ਦੂਜੀ ਸਾਈਡ ਸਥਾਨ ਦਾ ਨਾਮ ਦਿੱਤਾ ਹੈ ਮੱਕਾ ਮਦੀਨਾ ਅਮਰਨਾਥ ਸ਼੍ਰੀਲੰਕਾ ਤੇ ਹਰਿਦੁਆਰ ਆਪਾਂ ਇਹਨਾਂ ਨੂੰ ਮਿਲਾਣਾ ਹੈ ਜੀ ਸਹੀ ਕਿ ਪਹਿਲੀ ਉਦਾਸੀ ਦੇ ਟਾਈਮ ਸ਼੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਸਨ ਦੂਜੀ ਉਦਾਸੀ ਦੇ ਟਾਈਮ ਕਿੱਥੇ ਗਏ ਸਨ ਤਾਂ ਫਸਟ ਪਹਿਲੀ ਉਦਾਸੀ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਪਹਿਲੀ ਉਦਾਸੀ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਬ ਦਿਸ਼ਾ ਵਿੱਚ ਕੀਤੀ ਸੀ ਇਹ ਸਨ 1497 ਤੋਂ ਲੈ ਕੇ 1508 ਤੱਕ ਇਹਨਾਂ ਨੇ ਕੀਤੀ ਸੀ ਤੇ ਇਸ ਵਿੱਚ ਉਹਨਾਂ ਨੇ ਸੈਦਪੁਰ ਕੁਰੂਕhetra ਹਰਿਦੁਆਰ ਦਿੱਲੀ ਪਾਣੀਪਤ ਬਨਾਰਸ ਗੋਰਖ ਮਤਾ ਗਿਆ ਤੇ ਕਾਮਰੂਪ ਜਿਹੜਾ ਕਿ ਅਸਮ ਵਿੱਚ ਹੈਗਾ ਇਸ ਤੋਂ ਇਲਾਵਾ ਟਾਕਾ ਜਗਨਨਾਥ ਅਤੇ ਆਗਰਾ ਇਹਨਾਂ ਦੀ ਯਾਤਰਾ ਕੀਤੀ ਸੀ ਦੂਜੀ ਉਦਾਸੀ ਦੀ ਗੱਲ ਕਰਦੇ ਹਾਂ ਦੂਜੀ ਉਦਾਸੀ ਵਿੱਚ ਉਹਨਾਂ ਨੇ ਦੱਖਣ ਦਿਸ਼ਾ ਵਿੱਚ ਸਟਾਰਟ ਕੀਤੀ ਸੀ ਜਿਹੜੀ ਕਿ 1500 10 ਤੋਂ ਲੈ ਕੇ 1515 ਤੱਕ ਯਾਤਰਾ ਕੀਤੀ ਸੀ ਤੇ ਇਸ ਯਾਤਰਾ ਵਿੱਚ ਉਹਨਾਂ ਨੇ ਰਾਜਸਥਾਨ ਬਿਕਾਨੇਰ ਜੇਸਲਮੇਰ ਅਜਮੇਰ ਉਜੇਨ ਹైదరాబాద్ ਗੋਲਕੁੰਡਾ ਰਮੇਸ਼ਵਰ ਸ਼੍ਰੀਲੰਕਾ ਕੋਚੀਨ ਗੁਜਰਾਤ ਦਵਾਰਕਾ ਸਿੰਧ ਅਤੇ ਮਲਤਾਨ ਦੀ ਯਾਤਰਾ ਕੀਤੀ ਸੀ ਤੀਜੀ ਉਦਾਸੀ ਦੀ ਗੱਲ ਕਰਦੇ ਹਾਂ ਤਾਂ ਤੀਜੀ ਉਦਾਸੀ ਉਹਨਾਂ ਨੇ ਉੱਤਰ ਦਿਸ਼ਾ ਵਿੱਚ ਕੀਤੀ ਸੀ 1500 सोलह तो लेके पंद्रह सौ अठारह तक पंद्रह सौ सो, सोलह तो लेके पंद्रह सौ अठारह तक जिस विच उन्होंने कांगड़ा, चंबा कश्मीर घाटी कैलाश पर्वत मानसरोवर झील तिब्बत लद्दाख जम्मू अमरनाथ और श्रीनगर की यात्रा की थी। लास्ट उदासी उन्हों चौथी उदासी जेडी कि उन्होंने ਅੱਛਮ ਦੇਸ਼ਾਂ ਵਿੱਚ ਕੀਤੀ ਸੀ ਇਹ ਉਦਾਸੀ 1500 18 ਤੋਂ ਲੈ ਕੇ 1500 22 ਤੱਕ ਇਹਨਾਂ ਨੇ ਯਾਤਰਾ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਮੱਕਾ ਮਦੀਨਾ ਬਗਦਾਦ ਪਾਕਪਟਨ ਈਰਾਨ ਕਾਬਲ ਤੇ ਪਿਸ਼ਾਵਰ ਦੀ ਯਾਤਰਾ ਕੀਤੀ ਸੀ ਹੁਣ ਆਪਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਦੇ ਸਕਦੇ ਹਾਂ ਤਾਂ ਪਹਿਲੀ ਉਦਾਸੀ ਵਿੱਚ ਉਹ ਹਰੀਦਵਾਰ ਸਾਈਡ ਗਏ ਸਨ ਦੂਜੀ ਉਦਾਸੀ ਵਿੱਚ ਉਹ ਸ਼੍ਰੀਲੰਕਾ ਸਾਈਡ ਗਏ ਸਨ ਤੀਜੀ ਉਦਾਸੀ ਵਿੱਚ ਅਮਰਨਾਥ ਸਾਈਡ ਤੇ ਚੌਥੀ ਉਦਾਸੀ ਵਿੱਚ ਮੱਕਾ ਮਦੀਨਾ ਸਾਈਡ ਤਾਂ ਇਸ ਕੁਸ਼ਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ অপਸ਼ਨ ਨੰਬਰ ਸੀ ਆਪਣਾ ਜਿਹੜਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਪਾਈ ਲਾਲੋ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਥੱਗ ਸੈਕੰਡ ਦਿੱਤਾ ਹੈ ਡਾਕੂ ਥਰਡ ਦਿੱਤਾ ਹੈ ਅਮੀਰ ਤੇ ਫੋਰਥ ਹੈਗਾ ਤਰਖਾਨ ਤਾਂ ਪਾਈ ਲਾਲੋ ਜੀ ਇੱਕ ਤਰਖਾਨ ਸਨ ਆਪਸ਼ਨ ਡੀ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਮਲਿਕ ਪਾਗੋਤੇ ਪਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਕਾਮਰੂਪ ਸੈਕਿੰਡ ਦਿੱਤਾ ਹੈ ਤਲੂਬਾ ਥਰਡ ਹੈਗਾ ਸੈਦਪੁਰ ਤੇ ਫੋਰਥ ਹੈਗਾ ਸਿਲਹਟ ਤਾਂ ਮਲਿਕ ਪਾਗੋਤੇ ਪਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਸੀ ਸੈਦਪੁਰ ਇਸ ਕੁਸ਼ਣ ਦਾ ਸੀ ਅਨਸਰ ਆਪਣਾ ਸੀ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸ਼ਨ ਆਂਦਾ ਹੈ ਜੀ ਗੋਰਖ ਮਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਚੱਕ ਨਾਨਕੀ ਸੈਕੰਡ ਦਿੱਤਾ ਹੈ ਨਾਨਕ ਮਤਾ ਥਰਡ ਹੈਗਾ ਗੁਰੂ ਕਾ ਕਰ ਤੇ ਫੋਰਥ ਹੈਗਾ ਗੁਰੂ ਕੀ ਕਾਸੀ ਤਾਂ ਇਸ ਕੁਐਸ਼ਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপশন নাম্বার বি নানক মত্তা গোরক মত্তা নামক স্থান ਦਾ ਆਧੁਨਿਕ ਨਾਮ ਜਿਹੜਾ ਹੈਗਾ ਉਹ ਹੈਗਾ নানਕ ਮੱਤਾ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣਨ ਦਾ ਮਾਣ ਹੈ ਜਿਹੜਾ ਹਾਸਿਲ ਹੋਇਆ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈਗਾ ਸਜਣ ਠਗ ਸੈਕੰਡ ਦਿੱਤਾ ਹੈ ਮਲਿਕ ਪਾਗੋ 3rd ਦਿੱਤਾ ਹੈ ਬਾਬਾ ਫਰੀਦ ਤੇ 4th ਦਿੱਤਾ ਹੈ ਪਾਈ ਲਾਲੋ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਸਭ ਤੋਂ ਪਹਿਲਾਂ ਜਿਹੜੇ ਵਿਅਕਤੀ ਸੀ ਪਾਈ ਲਾਲੋ ਜੀ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਚੇਲਾ ਬਣਨ ਦਾ ਮਾਣ ਹਸਲ ਹੋਇਆ ਸੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸੜਾ ਨੈਕਸਟ ਕੁਐਸਚਨ ਆਂਦਾ ਜੀ ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਸੈਕਿੰਡ ਦਿੱਤਾ ਹੈ ਗੁਰੂ ਅਰਜਨ ਦੇਵ ਥਰਡ ਹੈਗਾ ਗੁਰੂ ਗੋਬਿੰਦ ਤੇ ਫੋਰਥ ਹੈਗਾ ਸੌਰੀ ਥਰਡ ਹੈਗਾ ਗੁਰੂ ਹਰਗੋਬਿੰਦ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਤਾਂ ਇਸ ਕੁਸ਼ਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 1 ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੈਕਸਟ ਕੁਸ਼ਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਹ ਵਾਕ ਕਿਹੜੇ ਧਰਮ ਨਾਲ ਸੰਬੰਧਿਤ ਹੈਗਾ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਜੈਨ ਧਰਮ ਸੈਕਿੰਡ ਦਿੱਤਾ ਹੈ ਸਿੱਖ ਧਰਮ ਥਰਡ ਹੈਗਾ ਹਿੰਦੂ ਧਰਮ ਤੇ ਫੋਰਥ ਹੈਗਾ ਬੁੱਧ ਧਰਮ ਤਾਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਹ ਵਾਕ ਜਿਹੜਾ ਸੰਬੰਧਿਤ ਹੈਗਾ ਇਹ ਹੈਗਾ ਜੀ ਸਿੱਖ ਧਰਮ ਦੇ ਨਾਲ ਤਾਂ ਇਸ ਕੁਐਸਚਨ ਦਾ ਆਪਸ਼ਨ B ਹੈ ਜਿਹੜਾ ਆਪਣਾ ਕੋਰेक्ट ਹੋ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਅਨਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਕੀ ਹੋਣਾ ਚਾਹੀਦਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਮੁਕਤ ਹੋਣਾ ਸੈਕਿੰਡ ਹੈਗਾ ਸੱਚਖੰਡ ਦੀ ਪ੍ਰਾਪਤੀ ਥਰਡ ਦਿੱਤਾ ਹੈ ਸਵਰਗ ਦੀ ਪ੍ਰਾਪਤੀ ਤੇ ਫੋਰਥ ਹੈਗਾ ਰੱਬ ਨੂੰ ਹਾਸਿਲ ਕਰਨਾ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਜਿਹੜਾ ਅੰਤਿਮ ਉਦੇਸ਼ ਕੀ ਹੋਣਾ ਚਾਹੀਦਾ ਹੈ ਸੱਚਖੰਡ ਦੀ ਪ੍ਰਾਪਤੀ ਤਾਂ অপਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਸ਼ਣ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਬਾਬਾ ਸ਼੍ਰੀ ਚੰਦ ਸੈਕਿੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਰਾਮਦਾਸ ਤੇ ਫੋਰਥ ਹੈਗਾ ਭਾਈ ਬਾਲਾ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਿਹੜਾ ਉਤਰਾਧਿਕਾਰੀ ਨਿਯੁਕਤ ਕੀਤਾ ਸੀ ਉਹ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੂੰ ਆਪਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਲਈ ਕਿਹੜਾ ਮਾਰਗ ਉਚਿਤ ਦੱਸਿਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਪਗਤੀ ਮਾਰਗ ਸੈਕਿੰਡ ਦਿੱਤਾ ਹੈ ਕਰਮ ਮਾਰਗ ਥਰਡ ਹੈਗਾ ਗਿਆਨ ਮਾਰਗ ਤੇ ਫੋਰਥ ਦਿੱਤਾ ਹੈ ਨਾਮ ਮਾਰਗ ਤਾਂ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਲਈ ਨਾਮ ਮਾਰਗ ਹੈ ਜਿਹੜਾ ਉਚਿਤ ਦੱਸਿਆ ਸੀ ਤਾਂ ਇਸ ਕੁਐਸਚਨ ਦਾ ਡੀ ਆਪਸ਼ਨ ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਮੁਗਲ ਬਾਦਸ਼ਾਹ ਬਾਬਰ ਨੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੇਦ ਕੀਤਾ ਸੀ ਮੁਗਲ ਬਾਦਸ਼ਾਹ ਬਾਬਰ ਦੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੇਦ ਕੀਤਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਪਹਿਲਾ ਹਮਲਾ ਦੂਜਾ ਹਮਲਾ ਤੀਜਾ ਹਮਲਾ ਤੇ ਚੌਥਾ ਹਮਲਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਤੀਜਾ ਹਮਲਾ ਮੁਗਲ ਬਾਦਸ਼ਾਹ ਬਾਬਰ ਤੇ ਤੀਜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ਇੱਥੋਂ ਇੱਕ ਕੁਐਸਚਨ ਆ ਵੀ ਬਣ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਉਹ ਸੀ ਸੈਦਪੁਰ ਗੁਰੂ ਨਾਨਕ ਦੇਵ ਜੀ ਨੂੰ ਸੈਦਪੁਰ ਕੈਦ ਕਰਕੇ ਰੱਖਿਆ ਗਿਆ ਸੀ ਇੱਕ ਕੁਐਸਚਨ ਹੋਰ ਵੀ ਬੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਸੀ ਉਸ ਰਚਨਾ ਦਾ ਕੀ ਨਾਮ ਸੀ ਤਾਂ ਜਿਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਸੀ ਉਸ ਦਾ ਨਾਮ ਸੀ ਬਾਬਰ ਦੀ ਬਾਣੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਕਿਹੜੀ ਸੰਸਥਾ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰਦੁਆਰਾ ਸੈਕਿੰਡ ਹੈਗਾ ਸੰਗਤ ਪਰਥਾ ਥਰਡ ਹੈਗਾ ਪੰਗਤ ਪਰਥਾ ਤੇ ਫੋਰਥ ਹੈਗਾ ਗੁਰੂ ਗੱਦੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੈਗਾ ਆਪਸ਼ਨ ਨੰਬਰ ਡੀ ਗੁਰੂ ਗੱਦੀ ਸਿੱਖ ਇਤਿਹਾਸ ਵਿੱਚ ਜਿਹੜੀ ਸੰਸਥਾ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਸੀ ਹੋਏਗਾ ਗੁਰੂ ਗੱਦੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸੜਾ ਨੈਕਸਟ ਕੁਐਸਚਨ ਆਂਦਾ ਹੈ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ ਸੀ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਗੋਵਿੰਦਵਾਲ ਸੈਕਿੰਡ ਦਿੱਤਾ ਹੈ ਖਡੂਰ ਸਾਹਿਬ ਥਰਡ ਹੈਗਾ ਤਲੂਬਾ ਤੇ ਫੋਰਥ ਹੈਗਾ ਅੰਮ੍ਰਿਤਸਰ ਤਾਂ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਜਿਹੜਾ ਤਲੂਬਾ ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਇਸ ਕੁਐਸਚਨ ਦਾ ਸੀ ਆਪਸ਼ਨ ਜਿਹੜਾ ਆਪਣਾ ਕੋਰेक्ट ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇ ਸਮਕਾਲੀ ਸ਼ਾਸਕ ਕੌਣ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਸਿਕੰਦਰ ਲੋਧੀ ਸੈਕਿੰਡ ਦਿੱਤਾ ਹੈ ਇਬਰਾਹਿਮ ਲੋਧੀ ਥਰਡ ਹੈਗਾ ਬਾਬਰ ਤੇ ਫੋਰਥ ਹੈਗਾ ਉਪਰੋਕਤ ਸਾਰੇ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇ ਜਿਹੜੇ ਸਮਕਾਲੀ ਸ਼ਾਸਕ ਸਨ ਉਹ ਇਹ ਤਿੰਨੋਂ ਹੀ ਸਨ सिकंदर लोदी भी सन इब्राहिम लोदी भी सन थे बाबर भी सन ਤਾਂ ਇਸ ਦਾ கரெક્ટ ਆਨਸਰ ਹੋ ਜਾਵੇਗਾ অপশন ਨੰਬਰ ਡੀ ਉਪਰੋਕਤ ਸਾਰੇ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੂਬੇਦਾਰ ਦੇ ਮੋਦੀ ਖਾਨੇ ਵਿੱਚ ਕੰਮ ਕੀਤਾ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਸਿਕੰਦਰ ਲੋਦੀ ਸੈਕਿੰਡ ਹੈਗਾ ਤਤਾਰ ਖਾਨ ਲੋਦੀ ਥਰਡ ਹੈਗਾ ਦੌਲਤ ਖਾਨ ਲੋਦੀ ਤੇ 4 ਥੇਗਾ ਬਹਿਲੋਲ ਲੋਦੀ ਤਾਂ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਦੌਲਤ ਖਾਨ ਲੋਦੀ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਨ ਲੋਦੀ ਨਾਂ ਦੇ ਸੂਬੇਦਾਰ ਤੇ ਮੋਦੀ ਖਾਨੇ ਵਿੱਚ ਕੰਮ ਕੀਤਾ ਸੀ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਮੋਦੀ ਖਾਨਾ ਤੋਂ ਕੀ ਪਾਵ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਆਰਾਮ ਕਰ ਸੈਕਿੰਡ ਦਿੱਤਾ ਹੈ ਅਨਪੰਡਾਰ ਥਰਡ ਹੈਗਾ ਇਬਾਦਤਖਾਨਾ ਤੇ ਫੋਰਥ ਹੈਗਾ ਯੁੱਧ ਸਮਗਰੀ ਪੰਡਾਰ ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਅਨਪੰਡਾਰ ਮੋਦੀਖਾਨਾ ਜਿਹੜਾ ਅਨਪੰਡਾਰ ਦੇ ਨੂੰ ਕਿਹਾ ਜਾਂਦਾ ਹੈ ਜੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਅਤੇ ਚੌਥੀ ਉਦਾਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾਂ ਲਗਾਇਆ ਸੀ ਇਸ ਕੁਐਸਚਨ ਦਾ ਜਿਹੜਾ ਫਸਟ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ ਸਰੋਤ ਕਿਹੜਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ ਸਰੋਤ ਕਿਹੜਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਮਹਿਮਾ ਪ੍ਰਕਾਸ਼ ਸੈਕਿੰਡ ਹੈ ਜਨਮ ਸਾਖੀਆਂ ਥਰਡ ਹੈਗਾ ਨਾਨਕ ਸੂਰਜੋਦਬ ਤੇ ਫੋਰਥ ਹੈਗਾ ਨਾਨਕ ਪ੍ਰਕਾਸ਼ਨ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਜਨਮ ਸਾਖੀਆਂ অপশন ਨੰਬਰ B ਆਪਣਾ கரெક્ટ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਸਮੇ ਉਹਨਾਂ ਦਾ ਸਾਥੀ ਕੋਣ ਸੀ ਸਾਡੇ ਕੋਲ ਚਾਰ অপਸ਼ਨ ਨੇ ਫਰਸਟ ਹੈਗਾ ਭਾਈ ਬਾਲਾ ਜੀ ਸੈਕੰਡ ਦਿੱਤਾ ਹੈ ਭਾਈ ਮਰਤਾਨਾ ਜੀ ਥਰਡ ਹੈਗਾ ਭਾਈ ਲਾਲੋ ਜੀ ਤੇ ਫੋਰਥ ਦਿੱਤਾ ਹੈ ਏ ਅਤੇ ਬੀ ਦੋਵੇਂ ਤਾਂ ਗੁਰੂ ਨਾਨਕ ਦੇਵ ਜੀ ਦੀ ਯਾਤਰਾਵਾਂ ਸਮੇਂ ਉਹਨਾਂ ਦੇ ਜਿਹੜੇ ਸਾਥੀ ਸਨ ਉਹ ਸਨ ਏ ਅਤੇ ਬੀ ਦੋਵੇਂ ਯਾਨੀ ਕਿ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਇਸ ਕੁਸ਼ਣ ਦਾ ਜਿਹੜਾ ਡੀ ਆਪਸ਼ਨ ਆ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਅੱਜ ਦੇ ਲਾਸਟ ਕੁਸ਼ਣ ਵੱਲ ਚੱਲਦੇ ਹਾਂ ਜਿਹਦਾ ਜਵਾਬ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਤੁਹਾਡਾ ਅੱਜ ਦਾ ਲਾਸਟ ਕੁਸ਼ਣ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲਾ ਜਾਣਕਾਰੀ ਦੇਣ ਵਾਲਾ ਸਭ ਤੋਂ ਵਿਸ਼ਵਾਸਯੋਗ ਸਰੋਤ ਕਿਹੜਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈ ਕਿ ਜਨਮ ਸਾਖੀਆਂ ਸੈਕਿੰਡ ਹੈ ਪਾਈ ਗੁਰਦਾਸ ਦੀਆਂ ਵਾਰਾਂ ਥਰਡ ਹੈ ਕਿ ਆਦੀ ਗ੍ਰੰਥ ਤੇ ਫੋਰਥ ਦਿੱਤਾ ਹੈ ਜਪੁਜੀ ਸਾਹਿਬ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਕਮੈਂਟ ਬਾਕਸ ਤੇ ਤੁਸੀਂ ਦੱਸਣਾ ਜੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਤਰਖਾਨ ਸੈਕਿੰਡ ਦਿੱਤਾ ਹੈ ਵਪਾਰੀ ਥਰਡ ਹੈਗਾ ਪਟਵਾਰੀ ਤੇ ਫੋਰਥ ਦਿੱਤਾ ਹੈ ਠੇਕੇਦਾਰ ਤਾਂ ਗੁਰਨਾਨਕ ਦੇਵ ਜੀ ਦੇ ਪਿਤਾ ਜੀ ਕੰਮ ਕਰਦੇ ਸਨ ਪਟਵਾਰੀ ਦਾ ਤਾਂ ਇਸ ਦਾ ਜਿਹੜਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਪਟਵਾਰੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਤਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਅਜੋਕਾ ਨਾਂ ਕੀ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਨਾਨਕ ਮੱਤਾ ਸੈਕਿੰਡ ਦਿੱਤਾ ਹੈ ਚੱਕ ਨਾਨਕੀ ਥਰਡ ਹੈਗਾ ਨਾਨਕ ਸਰ ਤੇ ਫੋਰਥ ਦਿੱਤਾ ਹੈ ਨਨਕਾਣਾ ਸਾਹਿਬ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਜਿਹੜਾ ਅਜੋਕਾ ਨਾਂ ਹੈ ਉਹ ਹੈਗਾ ਜੀ ਨਨਕਾਣਾ ਸਾਹਿਬ অপশন ডি ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਤਾਂ ਇਹਦਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੋਰਖ ਮੱਤਾ ਕਿਹੜੇ ਪ੍ਰਦੇਸ਼ ਵਿੱਚ ਸਥਿਤ ਹੈ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈਗਾ ਹਿਮਾਚਲ ਪ੍ਰਦੇਸ਼ ਸੈਕੰਡ ਦਿੱਤਾ ਹੈ ਨੇਪਾਲ ਥਰਡ ਦਿੱਤਾ ਹੈ ਉੱਤਰ ਪ੍ਰਦੇਸ਼ ਤੇ ਫੋਰਥ ਹੈਗਾ 오ਡੀਸਾ ਤਾਂ ਗੋਰਖ ਮੱਤਾ ਜਿਹੜਾ ਇਹ ਹੈਗਾ ਜੀ ਉੱਤਰ ਪ੍ਰਦੇਸ਼ ਵਿੱਚ ਤਾਂ ਇਸ ਕੁਐਸਚਨ ਦਾ ਸੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਆਤਮ ਸਮਰਪਣ ਤੋਂ ਕੀ ਪਾਵ ਆਤਮ ਸਮਰਪਣ ਤੋਂ ਕੀ ਪਾਵੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਬੁਰਾਈਆਂ ਦਾ ਤਿਆਗ ਕਰਨਾ ਸੈਕਿੰਡ ਦਿੱਤਾ ਹੈ ਹੰਕਾਰ ਦਾ ਤਿਆਗ ਕਰਨਾ 3ਰਡ ਹੈਗਾ ਸੌਂਪਣਾ ਤੇ 4ਥ ਹੈਗਾ ਰੱਬ ਦੇ ਪਾਣੇ ਨੂੰ ਮੰਨਣਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਜੀ ਹੰਕਾਰ ਦਾ ਤਿਆਗ ਕਰਨਾ ਆਤਮ ਸਮਰਪਣ ਤੋਂ ਪਾਵੇਗਾ ਜੀ ਹੰਕਾਰ ਦਾ ਤਿਆਗ ਕਰਨਾ ਤਾਂ অপਸ਼ਨ B ਹੈ ਜਿਹੜਾ ਇਸ ਕੁਐਸਚਨ ਦਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਸੰਗਤ ਤੇ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੰਦਾ ਹੈ ਖਡੂਰ ਸਾਹਿਬ ਸੈਕਿੰਡ ਦਿੰਦਾ ਹੈ ਕਰਤਾਰਪੁਰ ਥਰਡ ਹੈ ਗੋਵਿੰਦਵਾਲ ਤੇ ਫੋਰਥ ਦਿੰਦਾ ਹੈ ਲਾਹੌਰ ਤਾਂ ਸੰਗਤ ਤੇ ਪੰਗਤ ਨਾਮਕ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ ਕਰਤਾਰਪੁਰ ਵਿੱਚ ਸਸ ਕੁਸਚਨ ਦਾ অপਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਹਰ ਇੱਕ ਲਾਈਕ ਨਾਲ ਸਾਨੂੰ ਹੌਸਲਾ ਮਿਲਦਾ ਹੈ ਜੀ ਨੈਕਸਟ ਕੁਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਸਾਡੇ ਕੋਲ ਚਾਰ অপਸ਼ਨ ਨੇ ਏ ਤ ਤ ਐਕਸ ਸ਼੍ਰੇਣੀ ਵਿੱਚ ਬੀ ਹੈਗਾ ਹੈ ਦੂਸਰੀ ਣੇ ਵਿੱਚ ਸੀ ਹੈਗਾ ਤਿੰਨ ਸ਼੍ਰੇਣੀ ਅਤੇ ਡੀ ਦਿੱਤਾ ਹੈ ਚਾਰ ਸ਼੍ਰੇਣੀ ਤਾਂ ਇਸ ਕੁਸ਼ਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਤਿੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਸੱਟਾ ਨੈਕਸਟ ਕੁਸ਼ਚਨ ਆ ਜਾਂਦਾ ਜੀ ਜਨੇਊ ਦੀ ਰਸਮ ਹਿੰਦੂ ਸਮਾਜ ਵਿੱਚ ਕਦੋਂ ਨਿਵਾਇ ਜਾਂਦੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਜਨਮ ਸਮੇ ਸੈਕਿੰਡ ਦਿੱਤਾ ਹੈ ਵਿਆਸ ਸਮੇ ਥਰਡ ਹੈਗਾ ਮੌਤ ਸਮੇ ਤੇ ਫੋਰਥ ਹੈਗਾ ਬਚਪਨ ਸਮੇ ਜਨੇਊ ਦੀ ਜਿਹੜੀ ਰਸਮ ਉਹ ਨਿਭਾਈ ਜਾਂਦੀ ਹੈ ਬਚਪਨ ਸਮੇ ਤਾਂ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜਨੇਊ ਦੀ ਰਸਮ Hindu ਸਮਾਜ ਵਿੱਚ ਬਚਪਨ ਸਮੇ ਨਿਭਾਈ ਜਾਂਦੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਤਾਂ ਨੈਕਸਟ ਕੁਐਸਚਨ ਆ ਜਾਂਦੇ ਜੀ ਜਨੇਊ ਕੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਤਿਤ ਹੈ ਸੁੱਤੀ ਤਾਗਾ ਸੈਕੰਡ ਹੈਗਾ ਰੇਸ਼ਮੀ ਤਾਗਾ ਥਰਡ ਦਿੱਤਾ ਹੈ ਓਨ ਦੀ ਬਣੀ ਮਾਲਾ ਤੇ ਫੋਰਥ ਹੈਗਾ ਇੰਨਾ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 1 ਜਨੇਊ ਜਿਹੜਾ ਹੁੰਦਾ ਹੈ ਉਹ ਹੁੰਦਾ ਜੀ ਸੁੱਤੀ ਤਾਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਸ਼ਨ ਹੈਗਾ ਜੀ ਅੰਜਨ ਮਹੀਂ ਨਿਰੰਜਨ ਤੋਂ ਕੀ ਪਾ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਹੈ ਰੱਬ ਦੀ ਰਜਾ ਵਿੱਚ ਖੁਸ਼ ਰਹਿਣਾ ਸੈਕੰਡ ਹੈਗਾ ਹੈ ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਥਰਡ ਦਿੱਤਾ ਹੈ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ ਤੇ ਫੋਰਥ ਹੈਗਾ ਹੈ ਮਿਹਨਤ ਦੀ ਰੋਟੀ ਖਾਣਾ ਤੇ ਸਤਨਾਮ ਦਾ ਜਾਪ ਕਰਨਾ ਸ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ B ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਅੰਜਨ ਮਹਾਂ ਨਿਰੰਜਨ ਤੋਂ ਪਾਵੇਗਾ ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਤਾਂ অপਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਤੇ ਸਮਿਆਂਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਲਾਹੌਰ ਸੈਕਿੰਡ ਦਿੱਤਾ ਹੈ ਲਾਹੌਰ ਪ੍ਰਾਂਤ ਥਰਡ ਹੈਗਾ ਪੰਚਨਦ ਤੇ ਫੋਰਥ ਦਿੱਤਾ ਹੈ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਨੂੰ ਨਾ ਤਾਂ ਲਾਹੌਰ ਨਾਂ ਨਾਲ ਜਾਣਿਆ ਜਾਂਦਾ ਸੀ ਨਾ ਲਾਹੌਰ ਪ੍ਰਾਂਤ ਨਾ ਪੰਚਨਦ ਤਾਂ ਇਸ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਇਨ੍ਹਾਂ ਵਿੱਚੋਂ ਕੋਈ ਨਹੀਂ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਪ੍ਰਮੁੱਖ ਧਰਮ ਕਿਹੜਾ ਸੀ ਪੰਜਾਬ ਵਿੱਚ ਪ੍ਰਮੁੱਖ ਧਰਮ ਕਿਹੜਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ Hindu ਸੈਕਿੰਡ ਦਿੱਤਾ ਹੈ ਬੁੱਧ ਥਰਡ ਹੈਗਾ ਹੈ ਇਸਲਾਮ ਤੇ ਫੋਰਥ ਦਿੱਤਾ ਹੈ ਜੈਨ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਜਿਹੜਾ ਪ੍ਰਮੁੱਖ ਧਰਮ ਹੈਗਾ ਸੀ ਉਹ ਹੈਗਾ ਸੀ Hindu ਤਾਂ ਇਸ ਕੁਸ਼ਨ ਦਾ ਫਰਸਟ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਨ ਵੱਲ ਚਲਦੇ ਆ ਨੈਕਸਟ ਕੁਸ਼ਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਹੈਗਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਲੋਧੀ ਵੰਸ਼ ਸੈਕੰਡ ਹੈਗਾ ਵੈਸ਼ਨਵ ਮਤ ਥਰਡ ਹੈਗਾ ਸੈयद ਵੰਸ਼ ਤੇ ਫੋਰਥ ਹੈਗਾ ਗੁਲਾਮ ਵੰਸ਼ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਤੇ ਜਿਹੜੇ ਵੰਸ਼ ਦਾ ਰਾਜ ਹੈਗਾ ਸੀ ਉਹ ਹੈਗਾ ਜੀ ਲੋਧੀ ਵੰਸ਼ ਇਸ ਕੁਸ਼ਣ ਦਾ অপਸ਼ਨ 1st ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਆ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਫਸਟ ਹੈਗਾ ਜਪੂਜੀ ਸਾਹਿਬ ਸੈਕਿੰਡ ਹੈ ਤਾ ਵਾਰਮਲਾ ਥਰਡ ਹੈਗਾ ਆਸਾਂ ਦੀ ਵਾਰ ਤੇ ਫੋਰਥ ਹੈਗਾ 12 ਮਹਾ ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਆਸਾਂ ਦੀ ਵਾਰ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਹੈ ਤਾਂ ਇਸ ਕੁਸ਼ਣ ਦਾ ਸੀ অপਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਇਬਰਾਇਮ ਲੋਧੀ ਸੈਕੰਡ ਦਿੱਤਾ ਹੈ ਬਾਬਰ ਥਰਡ ਹੈਗਾ ਬਹਿਲੋਲ ਲੋਧੀ ਤੇ ਫੋਰਥ ਦਿੱਤਾ ਹੈ ਸਿਕੰਦਰ ਲੋਧੀ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਿੱਲੀ ਦਾ ਜਿਹੜਾ ਸ਼ਾਸਕ ਹੈਗਾ ਜੀ ਉਹ ਹੈਗਾ ਸੀ ਬਹਿਲੋਲ ਲੋਧੀ ਤਾਂ ਆਪਸ਼ਨ ਸੀ ਇਹ ਜਿਹੜਾ ਇਸ ਕੁਐਸਚਨ ਦਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ Hindu ਧਰਮ ਦਾ ਕਿਹੜਾ মত ਪ੍ਰਚਲਿਤ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਸ਼ੇਵ মত ਸੈਕੰਡ ਹੈ ਵੈਸ਼ਨੋ মত ਥਰਡ ਹੈਗਾ ਸ਼ਕਤੀ মত ਤੇ ਫੋਰਥ ਹੈਗਾ ਉਪਰੋਕਤ ਸਾਰੇ ਗੁਰੂ ਨਾਨਕ ਦੇਵ ਜੀ ਦੇ ਸਮੇਂ Hindu ਧਰਮ ਦੇ ਸ਼ੇਵ মত ਵੀ पेशुणमतवी शक्तिमतवी ਇਹ ਸਾਰੇ মতਵੀ ਜਿਹੜੇ ਪ੍ਰਚਲਿਤ ਸਨ ਤੇ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਡੀ ਆਪਣਾ கரੈਕਟ ਹੋ ਜਾਵੇਗਾ ਉਪਰੋਕਤ ਸਾਰੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ ਫਸਟ ਆਪਸ਼ਨ ਹੈਗਾ 907 ਸੈਕੰਡ ਦਿੱਤਾ ਹੈ 974 ਥਰਡ ਹੈਗਾ 678 ਤੇ ਫੋਰਥ ਦਿੱਤਾ ਹੈ 116 ਤਸ਼ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ ਜਿਹੜੇ ਦਾਰਜ ਨੇ অপਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਨ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ਤੇ ਦولت ਖਾਨ ਲੋਧੀ ਦੀ ਨੌਕਰੀ ਕੀਤੀ ਸੀ ਫਸਟ অপਸ਼ਨ ਹੈ ਸਰਹੱਦ ਸੈਕਿੰਡ ਦਿੱਤਾ ਹੈ ਪਸ਼ਾਵਰ ਥਰਡ ਹੈਗਾ ਸੁਲਤਾਨਪੁਰ ਤੇ ਫੋਰਥ ਦਿੱਤਾ ਹੈ ਲਾਹੌਰ ਤਾਂ ਗੁਰੂ ਨਾਨਕ ਦੇਵ ਜੀ ਨੇ ਦولت ਖਾਨ ਲੋਧੀ ਦੀ ਨੌਕਰੀ ਕੀਤੀ ਸੀ ਸੁਲਤਾਨਪੁਰ ਤਾਂ ਇਸ ਕੁਸ਼ਣ ਦਾ অপਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਸੁਲਤਾਨਪੁਰ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਬਾਲਕ ਨਾਨਕ ਨੂੰ ਜਨੇਊ ਪਾਣ ਦੀ ਰਸਮ ਪੂਰੀ ਕਰਨ ਲਈ ਕਿਹੜਾ ਪੰਡਿਤ ਬੁਲਾਇਆ ਗਿਆ ਸੀ ਤਾਂ ਚਾਰ ਆਪਸ਼ਨ ਹੈ ਫਸਟ ਜਿਹੜਾ ਪੰਡਿਤ ਕਿਰਪਾ RAM ਸੈਕੰਡ ਦਿੱਤਾ ਹੈ ਪੰਡਿਤ ਹਰੀਦੇয়াল ਥਰਡ ਹੈਗਾ ਪੰਡਿਤ ਗੋਪਾਲ ਤੇ ਡੀ ਦਿੱਤਾ ਹੈ ਰੁਕਨੁਦੀਨ ਰੁਕ ਨੂਰਦੀਨ ਤਾਂ ਬਾਲਕ ਨਾਨਕ ਨੂੰ ਜਨੇਊ ਪਾਣ ਦੀ ਰਸਮ ਕਰਨ ਸਮੇਂ ਜਿਹੜੇ ਪੰਡਿਤ ਨੂੰ ਬੁਲਾਇਆ ਗਿਆ ਸੀ ਉਹ ਹੈਗੇ ਸਨ ਪੰਡਿਤ ਹਰਦੇਵਾਲ ਤਾਂ ਇਸ ਕੁਸ਼ਣ ਦਾ ਜਿਹੜਾ ਬੀ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਆਂ ਨੈਕਸਟ ਕੁਸ਼ਣ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ 14ਵੀਂ ਸਦੀ ਸੈਕਿੰਡ ਹੈਗਾ 15ਵੀਂ ਸਦੀ ਥਰਡ ਹੈਗਾ 16ਵੀਂ ਸਦੀ ਤੇ অপਸ਼ਨ ਡੀ ਹੈਗਾ 13ਵੀਂ ਸਦੀ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 15ਵੀਂ ਸਦੀ ਵਿੱਚ ਤਾਂ ਇਸ ਕੁਐਸ਼ਨ ਦਾ ਬੀ অপਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਤੇ ਅੱਜ ਦਾ ਲਾਸਟ ਕੁਐਸ਼ਨ ਜਿਹਦਾ ਜਵਾਬ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਰਬਾਬ ਕੀ ਹੈ ਰਬਾਬ ਕੀ ਹੈ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਹੈ ਸਥਾਨ ਦਾ ਨਾਮ ਸੈਕਿੰਡ ਦਿੱਤਾ ਹੈ ਤਲਵਾਰ ਦਾ ਨਾਮ ਥਰਡ ਹੈਗਾ ਕੋੜੇ ਦਾ ਨਾਮ ਤੇ ਫੋਰਥ ਦਿੱਤਾ ਹੈ ਸੰਗੀਤ ਸਾਜ਼ ਤਾਂ ਇਸ ਕੁਸ਼ਣ ਦਾ ਆਨਸਰ ਹੈ ਜਿਹੜਾ ਕਮੈਂਟ ਬਾਕਸ ਤੇ ਤੁਸੀਂ ਦੱਸਣਾ ਹੈ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਕਿਹੜੇ ਫਕੀਰ ਦੀ ਦਰਗਾਹ ਤੇ ਲੱਗਦਾ ਹੈ ਤੇ ਚਾਰ অপਸ਼ਨ ਨੇ ਸਾਡੇ ਕੋਲ ਫਸਟ ਦਿੱਤਾ ਹੈ ਬਾਬਾ ਫਰੀਦ ਸੈਕਿੰਡ ਦਿੱਤਾ ਹੈ حضرت موکم الدین थर्ड ਆਪਣੇ ਕੋਲ ਹੈਗਾ निजामुद्दीन औलिया ਤੇ फोर्थ ऑप्शन ਦਿੱਤਾ ਹੈ पीर मोहम्मद ਤਾਂ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਜਿਹੜਾ ਇਹ ਲੱਗਦਾ ਹੈ ਜੀ حضرت موکم الدین ਫਕੀਰ ਦੀ ਦਰਗਾਹ ਤੇ অপਸ਼ਨ ਨੰਬਰ ਸੈਕੰਡ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਸੁਹਾਗ ਨਾਮਕ ਲੋਕ ਗੀਤ ਕਦੋਂ ਗਾਏ ਜਾਂਦੇ ਨੇ ਫਰਸਟ অপਸ਼ਨ ਹੈ ਕੁੜੀ ਦੇ ਵਿਆਸ ਸਮੇ ਸੈਕਿੰਡ ਦਿੱਤਾ ਹੈ ਬੱਚੇ ਦੇ ਜਨਮ ਸਮੇ ਥਰਡ অপਸ਼ਨ ਹੈ ਗਾਇ ਮੁੰਡੇ ਦੇ ਵਿਆਸ ਸਮੇ ਤੇ ਫੋਰਥ ਦਿੱਤਾ ਹੈ ਪ੍ਰੇਮੀ ਦੇ ਵਿਛੋੜੇ ਸਮੇ ਕਾ ਸੁਆਗ ਨਾਮਕ ਲੋਕ ਗੀਤ ਨੇ ਜਿਹੜੇ ਇਹ ਗਾਏ ਜਾਂਦੇ ਨੇ ਕੁੜੀ ਦੇ ਵਿਆਸ ਸਮੇ অপਸ਼ਨ ਫਰਸਟ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਨ ਵੱਲ ਚਲਦੇ ਹਾਂ ਤਾਂ ਜਿਹੜਾ ਨੈਕਸਟ ਕੁਐਸਚਨ ਆਂਦਾ ਹੈ ਹੀਮੜੀ ਨਾਮਕ ਲੋਕ ਗੀਤ ਕਿਸ ਦੁਆਰਾ ਗਾਏ ਜਾਂਦੇ ਨੇ ਤਾਂ ਫਰਸਟ ਆਪਸ਼ਨ ਦਿੱਤਾ ਹੈ ਕੁੜੀਆਂ ਦੁਆਰਾ ਸੈਕਿੰਡ ਦਿੱਤਾ ਹੈ ਟੀਵੀਆਂ ਦੁਆਰਾ ਥਰਡ ਆਪਣੇ ਕੋਲ ਹੈਗਾ ਮਰਦਾਂ ਦੁਆਰਾ ਤੇ ਫੋਰਥ ਹੈਗਾ ਕੋਈ ਨਹੀਂ ਤਾਂ ਹੀਮੜੀ ਨਾਮਕ ਜਿਹੜੇ ਲੋਕ ਗੀਤ ਨੇ ਇਹ ਗਾਏ ਜਾਂਦੇ ਨੇ ਮਰਦਾਂ ਦੁਆਰਾ ਆਪਸ਼ਨ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਤੜਾ ਨੈਕਸਟ ਕੁਐਸਚਨ ਆਂਦਾ ਹੈ ਸਹੀ ਜੋੜ ਬਣਾਓ ਤਾਂ ਤੁਸੀਂ ਸਹੀ ਜੋੜ ਦੱਸਣਾ ਜੀ ਫਸਟ ਦਿੱਤਾ ਹੈ ਮਾਗੀ ਫੋਰ ਤੇ ਕਾਚ ਪਾਰ ਦਾ ਮੇਲਾ ਥਰਡ ਹੈਗਾ ਹੱਲਾ ਮੋਲਾ ਤੇ ਫੋਰ ਦਿੱਤਾ ਹੈ ਪਿੰਡੂ ਖੇਡਾਂ ਤੈਨੂੰ ਸਹੀ ਮਿਲਾਨ ਕਰਨਾ ਹੈ ਜੀ ਆਪਸ਼ਨ ਵੇਖਦੇ ਆ ਕਿਹੜਾ ਸਹੀ ਹੋਵੇਗਾ ਤੈਨਾਂ ਦਾ ਜਿਹੜਾ ਆਪਸ਼ਨ ਫਸਟ ਹੈ ਜਿਹੜਾ ਆਪਣਾ ਉਹ ਸਹੀ ਹੋ ਜਾਵੇਗਾ ਮਾਗੀ ਦਾ ਹੋ ਜਾਵੇਗਾ ਸੀ ਮੁਖਸਰ ਤੇ ਸੈਕਿੰਡ ਦਾ ਹੋ ਜਾਵੇਗਾ ਛਪਾਰ ਦਾ ਮੇਲਾ ਲੁਧਿਆਣਾ 3ਰਡ ਦਾ ਹੋ ਜਾਵੇਗਾ ਹੱਲਾ ਮੱਲਾ ਦਾ ਬੀ ਆਨੰਦਪੁਰ ਤੇ ਪਿੰਡੂ ਖੇਡਾਂ ਕਿਲਾ ਰਾਏਪੁਰ ਫਰਸਟ অপਸ਼ਨ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਦਿੱਤਾ ਹੈ ਪੰਜਾਬ ਵਿੱਚ ਬਸੰਤ ਪੰਚਮੀ ਕਿੱਥੋਂ ਦੀ ਸਭ ਤੋਂ ਪ੍ਰਸਿੱਧ ਹੈ ਫਰਸਟ অপਸ਼ਨ ਹੈਗਾ ਲੁਧਿਆਣਾ ਸੈਕੰਡ ਦਿੱਤਾ ਹੈ ਫਿਰੋਜ਼ਪੁਰ ਥਰਡ ਆਪਣੇ ਕੋਲ ਹੈਗਾ ਪਟਿਆਲਾ ਤੇ ਫੋਰਥ ਹੈਗਾ ਅੰਮ੍ਰਿਤਸਰ ਤਾਂ ਪੰਜਾਬ ਵਿੱਚ ਜਿਹੜੀ ਬਸੰਤ ਪੰਚਮੀ ਹੈ ਉਹ ਸਭ ਤੋਂ ਜ਼ਿਆਦਾ ਪ੍ਰਸਿੱਧ ਹੈਗੀ ਹੈ ਪਟਿਆਲੇ ਦੀ অপਸ਼ਨ ਈ ਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਪਟਿਆਲਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਪੰਜਾਬ ਵਿੱਚ ਦੀਵਾਲੀ ਦਾ ਤਿਉਹਾਰ ਕਿੱਥੋਂ ਦਾ ਸ਼ਹਿਰ ਤੋਂ ਵੱਧ ਪ੍ਰਸਿੱਧ ਹੈ ਤਾਂ ਫਰਸਟ অপਸ਼ਨ ਦਿੱਤਾ ਹੈ ਲੁਧਿਆਣਾ ਸੈਕੰਡ ਦਿੱਤਾ ਹੈ ਫਿਰੋਜ਼ਪੁਰ ਥਰਡ ਹੈਗਾ ਪਟਿਆਲਾ ਤੇ ਫੋਰਥ ਹੈਗਾ ਅੰਮ੍ਰਿਤਸਰ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ 4 ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਦਿਵਾਰਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਬਾਬਾ ਸੋਡਲ ਦਾ ਮੇਲਾ ਕਿੱਥੇ ਲੱਗਦਾ ਹੈ ਫਸਟ ਆਪਸ਼ਨ ਦਿੱਤਾ ਹੈ ਜਲੰਧਰ ਸੈਕਿੰਡ ਦਿੱਤਾ ਹੈ ਲੁਧਿਆਣਾ ਥਰਡ ਹੈਗਾ ਫਤਿਹਗੜ੍ਹ ਸਾਹਿਬ ਤੇ ਫੋਰਥ ਦਿੱਤਾ ਹੈ ਪਟਿਆਲਾ ਤਾਂ ਬਾਬਾ ਸੋਡਲ ਦਾ ਜਿਹੜਾ ਮੇਲਾ ਲੱਗਦਾ ਹੈ ਇਹ ਲੱਗਦਾ ਹੈ ਜੀ ਜਲੰਧਰ ਆਪਸ਼ਨ ਫਸਟ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਹਰਬਲਬ ਸੰਗੀਤ ਸਮੇਲਨ ਕਿੱਥੇ ਮਨਾਇਆ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਜਲੰਧਰ ਸੈਕਿੰਡ ਦਿੱਤਾ ਹੈ ਲੁਧਿਆਣਾ ਥਰਡ ਆਪਣੇ ਕੋਲ ਹੈਗਾ ਫਤਿਹਗੜ ਸਾਹਿਬ ਤੇ ਫੋਰਥ ਦਿੱਤਾ ਹੈ ਪਟਿਆਲਾ ਤਾਂ ਹਰਬਲਬ ਸੰਗੀਤ ਸਮੇਲਨ ਮਨਾਇਆ ਜਾਂਦਾ ਹੈ ਜੀ ਜਲੰਧਰ ਆਪਸ਼ਨ ਫਰਸਟ ਹੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਜਲੰਧਰ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਰਾਮ ਤੀਰਥ ਮੇਲਾ ਕਿੱਥੇ ਲੱਗਦਾ ਹੈ ਫਸਟ ਆਪਸ਼ਨ ਦਿੱਤਾ ਹੈ ਪਟਿਆਲਾ ਸੈਕਿੰਡ ਦਿੱਤਾ ਹੈ ਮਾਨਸਾ ਥਰਡ ਦਿੱਤਾ ਹੈ ਅੰਮ੍ਰਿਤਸਰ ਤੇ ਫੋਰਥ ਹੈਗਾ ਲੁਧਿਆਣਾ ਤਾਂ ਰਾਮ ਤੀਰਥ ਮੇਲਾ ਜਿਹੜਾ ਇਹ ਲੱਗਦਾ ਹੈ ਜੀ ਅੰਮ੍ਰਿਤਸਰ ਆਪਸ਼ਨ ਥਰਡ ਆਪਣਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਹਰਬਲਬ ਸੰਗੀਤ ਸਮੇਲਨ ਮੇਲਾ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਹੈ ਗਿਆ ਬਾਬਾ ਫਰੀਦ ਜੀ ਸੈਕਿੰਡ ਦਿੱਤਾ ਹੈ ਬਾਬਾ ਹਰਬਲਬ ਦਾਸ ਜੀ ਥਰਡ ਹੈ ਗਿਆ Swami Tuljagiri ਤੇ ਫੋਰਥ ਹੈ ਗਿਆ ਰੋਜ਼ਾ شریف ਤਾਂ ਇਹ ਬਨਾਇਆ ਜਾਂਦਾ ਹੈ ਜੀ ਬਾਬਾ ਹਰਬਲਬ ਦਾਸ ਜੀ ਦੀ ਯਾਦ ਵਿੱਚ ਆਪਸ਼ਨ ਸੈਕਿੰਡ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਹੈਗਾ ਮਲਵਈ ਗਿੱਧਾ ਕਿਸ ਦਾ ਨਾਚ ਹੈਗਾ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਮਰਦਾਂ ਦਾ ਸੈਕੰਡ ਦਿੱਤਾ ਹੈ ਕੁੜੀਆਂ ਦਾ ਥਰਡ ਹੈਗਾ ਤੀਵੀਆਂ ਦਾ ਤੇ ਫੋਰਥ ਹੈਗਾ ਇੰਨਾ ਵਿੱਚੋਂ ਕੋਈ ਨਹੀਂ ਤਾਂ ਮਲਵਈ ਗਿੱਧਾ ਜਿਹੜਾ ਇਹ ਨਾਚ ਹੈਗਾ ਮਰਦਾਂ ਦਾ ਆਪਸ਼ਨ 1 ਆਪਣਾ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਨੈਕਸਟ ਕੁਐਸਚਨ ਦਿੱਤਾ ਹੈ ਜਾਗੋ ਦੀ ਰਸਮ ਕਦੋਂ ਨਿਵਾਇ ਜਾਂਦੀ ਹੈ ਤਾਂ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਜਨਮ ਸਮੇ ਸੈਕਿੰਡ ਹੈਗਾ ਵਿਆਸ ਸਮੇ ਥਰਡ ਹੈਗਾ ਮੂਤ ਸਮੇ ਤੇ ਫੋਰਥ ਹੈਗਾ ਊੜਾ ਤੇ ਅੜਾ ਦੋਵੇਂ ਤਾਂ ਜਾਗੋ ਦੀ ਜਿਹੜੀ ਰਸਮ ਹੈ ਉਹ ਨਿਵਾਇ ਜਾਂਦੀ ਹੈ ਜੀ ਵਿਆਸ ਸਮੇ অপশন সেকেন্ড ਜਿਹੜਾ ਆਪਣਾ கரੈਕਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਹੈਗਾ ਜੀ RAM TIRTH ਮੇਲਾ ਕਦੋਂ ਲੱਗਦਾ ਹੈ ਫਸਟ অপਸ਼ਨ ਦਿੱਤਾ ਹੈ ਕੱਤਕ ਦੀ ਪੂਰਨਮਾਸੀ ਨੂੰ ਸੈਕੰਡ ਹੈਗਾ ਮੱਸ਼ਾ ਨੂੰ ਥਰਡ ਹੈਗਾ RAM NAMMI ਨੂੰ ਤੇ ਫੋਰਥ ਹੈਗਾ ਵਿਸਾਖੀ ਨੂੰ ਤਾਂ RAM TIRTH ਮੇਲਾ ਜਿਹੜਾ ਲੱਗਦਾ ਹੈ ਇਹ ਲੱਗਦਾ ਹੈ ਜੀ ਕੱਤਕ ਦੀ ਪੂਰਨਮਾਸੀ ਨੂੰ অপশন ফার্স্ট ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਲਾਸਟ ਕੁਐਸਚਨ ਵੱਲ ਚਲਦੇ ਹਾਂ ਲਾਸਟ ਕੁਐਸਚਨ ਹੈਗਾ ਫੇਅਰ ਆਫ ਫਲਾਈਟਸ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਹੈ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਚਾਰ ਆਪਸ਼ਨ ਦਿੱਤੇ ਨੇ ফার্স্ট ਹੈਗਾ ਬਾਬਾ ਸੋਡਲ ਦਾ ਮੇਲੇ ਨੂੰ ਸੈਕੰਡ ਹੈ ਜਗਰਾਵਾਂ ਦੇ ਮੇਲੇ ਨੂੰ ਥਰਡ ਹੈਗਾ ਛਪਾਰ ਦੇ ਮੇਲੇ ਨੂੰ ਤੇ ਫੋਰਥ ਹੈਗਾ ਦੀਵਾਲੀ ਨੂੰ ਤੁਸੀਂ ਦੱਸਣਾ ਜੀ ਫੇਅਰ ਆਫ ਲਾਈਟਸ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਲ ਵਿੱਚ ਕਿਸਾਨ ਮੇਲਾ ਕਿੰਨੀ ਵਾਰੀ ਲੱਗਦਾ ਹੈ ਹਾਂਜੀ ਆਪਣੇ ਕੋਲ অপਸ਼ਨ ਦਿੱਤੇ ਨੇ ਫਸਟ ਦਿੱਤਾ ਹੈ ਚਾਰ ਵਾਰ ਦੂਜਾ ਦਿੱਤਾ ਹੈ ਤਿੰਨ ਵਾਰ ਥਰਡ অপਸ਼ਨ ਹੈਗਾ ਦੋ ਵਾਰ ਤੇ ਫੋਰਥ ਆਪਣੇ ਕੋਲੇ ਹੈਗਾ ਇੱਕ ਵਾਰ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜਿਹੜਾ ਸਾਲ ਵਿੱਚ ਇਹ ਮੇਲਾ ਲੱਗਦਾ ਹੈ ਕਿਸਾਨ ਮੇਲਾ ਇਹ ਲੱਗਦਾ ਹੈ ਦੋ ਵਾਰ ਇਹਦਾ ਜਿਹੜਾ கரੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਏਗਾ ਇਹ ਮੇਲਾ ਸਾਲ ਵਿੱਚ ਦੋ ਵਾਰੀ ਲੱਗਦਾ ਹੈ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸ਼ਨ ਹੈਗਾ ਹੈ ਛਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਸਾਡੇ ਕੋਲ ਚਾਰ অপਸ਼ਨ ਦਿੱਤੇ ਨੇ ਫਸਟ ਹੈਗਾ ਲੁਧਿਆਣਾ ਸੈਕੰਡ ਦਿੱਤਾ ਜਲੰਧਰ ਥਰਡ ਆਪਣੇ ਕੋਲ ਹੈਗਾ ਅੰਮ੍ਰਿਤਸਰ ਤਿ ਫੋਰਟੂ ਦਿੱਤਾ ਹੈ ਸੰਗਰੂਰ ਤਾਂ ਜਿਹੜਾ ਛਪਾਰ ਦਾ ਮੇਲਾ ਹੈ ਆ ਲੱਗਦਾ ਹੈ ਜੀ ਲੁਧਿਆਣਾ ਜ਼ਿਲ੍ਹੇ ਵਿੱਚ ਤਾਂ অপਸ਼ਨ ਫਰਸਟ ਜਿਹੜਾ ਆਪਣਾ கரੈਕਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ। ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ 40 ਮੁਕਤੀਆਂ ਦੀ ਯਾਦ ਵਿੱਚ ਮੁਕਸਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ? ਫਰਸਟ অপਸ਼ਨ ਆਪਣੇ ਕੋਲੇਗਾ ਫੱਗਣ, ਸੈਕਿੰਡ ਦਿੱਤਾ ਹੈ ਚੇਤ, ਥਰਡ ਹੈਗਾ ਮਾਗ ਤੇ ਫੋਰਥ ਦਿੱਤਾ ਹੈ ਪਾਦੋ ਤਾਂ ਜੀ ਜਿਹੜਾ ਚਾਲੀ ਮੁਕਤੀਆਂ ਦੀ ਯਾਦ ਵਿੱਚ ਮੁਕਸਰ ਦਾ ਮੇਲਾ ਲੱਗਦਾ ਹੈ ਉਹ ਹਰ ਹਰ ਮਹੀਨੇ ਉਹ ਸੌਰੀ ਹਰ ਸਾਲ ਇਹ ਲੱਗਦਾ ਹੈ ਜੀ ਮਾਗ ਦੇ ਮਹੀਨੇ অপਸ਼ਨ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੜਾ ਨੈਕਸਟ ਕੁਐਸਚਨ ਆ ਜਾਂਦਾ ਜੀ ਪੰਜਾਬ ਵਿੱਚ ਹੋਲੀ ਦਾ ਤਿਉਹਾਰ ਕਿੱਥੋਂ ਦਾ ਸਭ ਤੋਂ ਵੱਧ ਪ੍ਰਸਿੱਧ ਤੇ ਫਰਸਟ অপਸ਼ਨ ਹੈਗਾ ਲੁਧਿਆਣਾ ਸੈਕਿੰਡ ਦਿੱਤਾ ਹੈ ਆਨੰਦਪੁਰ ਸਾਹਿਬ ਥਰਡ ਹੈਗਾ ਅੰਮ੍ਰਿਤਸਰ ਤੇ ਫੋਰ ਦਿੱਤਾ ਹੈ ਸੰਗਰੂਰ ਤਾਂ ਜਿਹੜਾ ਪੰਜਾਬ ਵਿੱਚ ਹੋਲੀ ਦਾ ਤਿਉਹਾਰ ਹੈ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੈਗਾ ਆਨੰਦਪੁਰ ਸਾਹਿਬ ਦਾ ਆਨੰਦਪੁਰ ਸਾਹਿਬ ਦਾ ਜਿਹੜਾ ਹੋਲੀ ਦਾ ਤਿਉਹਾਰ ਹੈ ਸਭ ਤੋਂ ਜ਼ਿਆਦਾ ਪ੍ਰਸਿੱਧ ਹੈਗਾ ਪੰਜਾਬ ਵਿੱਚ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸ਼ਨ ਆਂਦਾ ਹੈ ਛਪਾਰ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਤਾਂ ਕੁਐਸ਼ਨ ਫਿਰ ਤੋਂ ਰਿਪੀਟ ਹੋ ਗਿਆ ਜੀ ਤਾਂ ਛਪਾਰ ਦਾ ਮੇਲਾ ਜਿਹੜਾ ਲੱਗਦਾ ਹੈ ਉਹ ਲੱਗਦਾ ਜੀ ਭਾਦੋ ਵਿੱਚ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਨੈਕਸਟ ਕੁਐਸ਼ਨ ਹੈਗਾ ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤਾਂ ਫਰਸਟ ਆਪਸ਼ਨ ਦਿੱਤਾ ਹੈ ਫਸਲ ਦੇ ਕੱਟਣ ਦੀ ਖੁਸ਼ੀ ਵਿੱਚ ਸੈਕੰਡ ਹੈਗਾ ਖਾਲਸਾ ਪੰਥ ਦੀ ਸਥਾਪਨਾ ਕਰਕੇ ਥਰਡ অপਸ਼ਨ ਦਿੱਤਾ ਹੈ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਤੇ ਫੋਰਥ ਹੈ ਅਲੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਤਾਂ ਜਿਹੜਾ ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਹੈ ਉਹ ਬਣਾਇਆ ਜਾਂਦਾ ਹੈ ਜੀ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਤਾਂ অপਸ਼ਨ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚੱਲਦੇ ਆਂ। ਤਾਂ ਜਿਹੜਾ ਨੈਕਸਟ ਕੁਐਸਚਨ ਆਂਦਾ ਹੈ, ਹੋਲਾ ਮੱਲਾ ਦਾ ਮੇਲਾ ਸਭ ਤੋਂ ਪ੍ਰਸਿੱਧ ਕਿੱਥੋਂ ਦਾ ਹੈ? ਤਾਂ ਫਰਸਟ ਆਪਸ਼ਨ ਇਹ ਕਹੇ ਅਨੰਦਪੁਰ ਸਾਹਿਬ, ਸੈਕੰਡ ਦਿੱਤਾ ਅੰਮ੍ਰਿਤਸਰ, ਥਰਡ ਇਹ ਕਹੇ ਗੋਇੰਦਵਾਲ ਤੇ ਫੋਰਥ ਇਹ ਕਹੇ ਕਰਤਾਰਪੁਰ। ਤਾਂ ਜਿਹੜਾ ਹੋਲੇ ਮੱਲੇ ਦਾ ਮੇਲਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਕਹੇ ਉਹ ਇਹ ਕਹੇ ਜੀ ਅਨੰਦਪੁਰ ਸਾਹਿਬ ਦਾ। ਆਪਸ਼ਨ ਫਰਸਟ ਜਿਹੜਾ ਆਪਣਾ ਕਰੈਕਟ ਆਂਸਰ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਹੁੰਦਾ ਹੈ ਜਰਗ ਦਾ ਮੇਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਫਸਟ ਆਪਸ਼ਨ ਹੈਗਾ ਲੁਧਿਆਣਾ ਸੈਕੰਡ ਦਿੱਤਾ ਹੈ ਜਲੰਧਰ ਥਰਡ ਹੈਗਾ ਅੰਮ੍ਰਿਤਸਰ ਤੇ ਫੋਰਥ ਦਿੱਤਾ ਹੈ ਸੰਗਰੂਰ ਤਾਂ ਜਰਗ ਦਾ ਮੇਲਾ ਜਿਹੜਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਆਪਸ਼ਨ ਫਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਡਨ ਨੈਕਸਟ ਕੁਐਸਚਨ ਆਂਦਾ ਹੈ ਜਗਰਾਵਾਂ ਦੀ ਰੋਸ਼ਨੀ ਕੀ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਮੇਲਾ ਸੈਕਿੰਡ ਦਿੱਤਾ ਹੈ ਗੀਤ ਥਰਡ ਹੈਗਾ ਕਵਿਤਾ ਤੇ ਫੋਰਥ ਹੈਗਾ ਫਿਲਮ ਤਾਂ ਜਗਰਾਵਾਂ ਦੀ ਰੋਸ਼ਨੀ ਜਿਹੜਾ ਹੈਗਾ ਉਹ ਹੈਗਾ ਇੱਕ ਮੇਲਾ ਆਪਸ਼ਨ ਫਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਨੈਕਸਟ ਕੁਐਸਚਨ ਦਿੱਤਾ ਹੈ ਬਸੰਤ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ਚਾਰ অপਸ਼ਨ ਨੇ ਆਪਣੇ ਕੋਲ ਫਸ ਦਿੱਤਾ ਹੈ ਫਗਣ ਸੈਕਿੰਡ ਦਿੱਤਾ ਹੈ ਪਾਦੋ ਥਰਡ ਹੈਗਾ 마ਗ ਤੇ फोर्थ ਦਿੱਤਾ ਹੈ ਚੇਤ ਤਾਂ ਜਿਹੜਾ ਬਸੰਤ ਦਾ ਮੇਲਾ ਹੈਗਾ ਜੀ ਉਹ ਲੱਗਦਾ ਹੈ 마ਗ ਵਿੱਚ অপਸ਼ਨ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਉਂਦਾ ਹੈ 마ਗੀ ਦਾ ਮੇਲਾ ਕਿੱਥੇ ਲੱਗਦਾ ਚਾਰ অপਸ਼ਨ ਦਿੱਤੇ ਨੇ ਫਸਟ ਹੈਗਾ ਲੁਧਿਆਣਾ ਸੈਕਿੰਡ ਦਿੱਤਾ ਜਲੰਧਰ ਥਰਡ ਹੈਗਾ ਅੰਮ੍ਰਿਤਸਰ ਤੇ ਫੋਰਥ ਦਿੱਤਾ ਹੈ ਸੰਗਰੂਰ ਤਾਂ ਜਿਹੜਾ ਮਾਗੀ ਦਾ ਮੇਲਾ ਲੱਗਦਾ ਉਹ ਲੱਗਦਾ ਜੀ ਸੰਗਰੂਰ ਆਪਸ਼ਨ ਸੱਸਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਪੰਜਾਬੀ ਸੰਗੀਤ ਸਾਜ਼ਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਚਾਰ ਆਪਸ਼ਨ ਆਪਣੇ ਕੋਲ ਹੈਗੇ ਨੇ ਫਸਟ ਦਿੱਤਾ ਹੈ ਚਾਰ ਸੈਕਿੰਡ ਦਿੱਤਾ ਹੈ 5 ਥਰਡ ਆਪਸ਼ਨ ਹੈਗਾ 6 ਤੇ 4ਥ ਹੈਗਾ 7 ਤਾਂ ਪੰਜਾਬੀ ਸੰਗੀਤ ਸਾਜ਼ਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ ਇਹ ਵੰਡਿਆ ਗਿਆ ਚਾਰ ਭਾਗਾਂ ਵਿੱਚ ਆਪਸ਼ਨ ਫਰਸਟ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈ ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਤਾਂ ਫਰਸਟ ਹੈਗਾ ਗਿੱਧਾ ਸੈਕਿੰਡ ਦਿੱਤਾ ਹੈ ਸੱਮੀ ਫੋਰਥ ਹੈਗਾ ਚੁਮਰ ਥਰਡ ਹੈਗਾ ਚੁਮਰ ਸੋਰੀ ਤੇ ਫੋਰਥ ਦਿੱਤਾ ਹੈ ਪੰਗੜਾ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ ਐਡਾ ਸੰਮੀ ਸੰਮੀ ਨਾਲ ਵਿੱਚ ਜਿਹੜਾ ਸਾਜ਼ ਦੀ ਲੋੜ ਨਹੀਂ ਹੁੰਦੀ ਨੈਕਸਟ ਕੁਐਸਚਨ ਵੱਲ ਚੱਲਦੇ ਆ ਜਿਹੜਾ ਨੈਕਸਟ ਕੁਐਸਚਨ ਆ ਜਾਂਦਾ ਜੀ ਸਿਟੀ ਆਫ ਪੰਗੜਾ ਕਿਹੜੇ ਸ਼ਹਿਰ ਨੂੰ ਕਿਹਾ ਗਿਆ ਕਿਹੜੇ ਸ਼ਹਿਰ ਨੂੰ ਕਿਹਾ ਗਿਆ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਚੱਗ ਸੈਕੰਡ ਹੈਗਾ ਸਿਆਲਕੋਟ ਥਰਡ ਦਿੱਤਾ ਲਾਹੌਰ ਤੇ ਫੋਰਥ ਹੈਗਾ ਪਟਿਆਲਾ ਤਾਂ ਸੀਟਿਓ ਪੰਗੜਾ ਕਿਹਾ ਗਿਆ ਹੈ ਜੀ ਚੱਗ ਨੂੰ ਆਪਸ਼ਨ ਫਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਦਿੱਤਾ ਹੈ ਜੀ ਲੈਂਡ ਆਫ ਲਵ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਫਸਟ ਆਪਸ਼ਨ ਹੈਗਾ ਪਾਕਪਟਨ ਸੈਕਿੰਡ ਦਿੱਤਾ ਹੈ ਪਟਿਆਲਾ ਥਰਡ ਹੈਗਾ ਡੇਰਾ ਗਾਜ਼ੀਖਾ ਤੇ ਫੋਰਥ ਹੈਗਾ ਚੱਗ ਦਾ ਲੈਂਡ ਆਫ ਲਵ ਕਿਹਾ ਜਾਂਦਾ ਹੈ ਜੀ ਚੱਗ ਸ਼ਹਿਰ ਨੂੰ ਆਪਸ਼ਨ ਸਸਾ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਨੈਕਸਟ ਕੁਸ਼ਚਨ ਹੈਗਾ ਟੋਲ ਸੰਗੀਤ ਸਾਜ ਕਿਸ ਲੱਕੜ ਤੋਂ ਬਣਾਇਆ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਟਾਲੀ ਸੈਕਿੰਡ ਦਿੱਤਾ ਹੈ ਜੀ ਕਿਕਰ 3 ਹੈ ਗਾ ਅੰਬ ਤੇ 4 ਹੈ ਗਾ ਨਿੰਬ ਤਾਂ ਟੋਲ ਸੰਗੀਤ ਸਾਜ ਜਿਹੜਾ ਉਹ ਬਣਾਇਆ ਜਾਂਦਾ ਹੈ ਜੀ ਅੰਬ ਦੇ ਲੱਕੜ ਤੋਂ অপਸ਼ਨ ਈਡੀ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚੱਲਦੇ ਆ ਸਾਡਾ ਨੈਕਸਟ ਕੁਐਸ਼ਨ ਹੈਗਾ ਜੀ ਗੱਦਰੀ ਬਾਬਿਆਂ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਫਸਟ অপਸ਼ਨ ਹੈਗਾ ਲੁਧਿਆਣਾ ਸੈਕੰਡ ਹੈ ਤਾਂ ਫਿਰੋਜ਼ਪੁਰ 3 ਹੈ ਗਾ ਕਿਲਾ ਰਾਏਪੁਰ ਤੇ ਫੋਰਟ ਦਿੱਤਾ ਜਲੰਧਰ ਤੇ ਗੱਦਰੀ ਬਾਬਿਆਂ ਦਾ ਮੇਲਾ ਜਿਹੜਾ ਲੱਗਦਾ ਹੈ ਜੀ ਉਹ ਲੱਗਦਾ ਹੈ ਜਲੰਧਰ অপਸ਼ਨਸ ਸਸਾ ਜਿਹੜਾ ਆਪਣਾ கரੈਕਟ ਹੋ ਜਾਵੇਗਾ ਤੇ ਅੱਜ ਦਾ ਲਾਸਟ ਕੁਐਸਚਨ ਇਹ ਕੁਐਸਚਨ ਤੁਹਾਡੇ ਲਈ ਹੈ ਜੀ ਐਂਡ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਕਿਹੜਾ ਮੇਲਾ ਸਿੱਖ ਸਾਹਿਬ ਨਾਲ ਸੰਬੰਧਿਤ ਹੈ ਤੇ ਚਾਰ ਆਪਸ਼ਨ ਹੈ ਫਸਟ ਹੈ ਜਰਗਦਾ ਮੇਲਾ ਸੈਕਿੰਡ ਹੈ ਜਗਰਾਵਾਂ ਦਾ ਮੇਲਾ ਥਰਡ ਹੈ ਗੱਛਾਪਾਰ ਦਾ ਮੇਲਾ ਤੇ ਫੋਰਥ ਹੈ ਮੁਖਸਰਦਾ ਮੇਲਾ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ 'ਚ ਸਾਨੂੰ ਦੱਸਣਾ ਹੈ ਜੀ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਜਗਰਾਵਾਂ ਦੀ ਰੋਸ਼ਨੀ ਸੈਕਿੰਡ ਆਪਣੇ ਕੋਲ ਹੈਗਾ ਜਰਗ ਦਾ ਮੇਲਾ ਥਰਡ ਹੈਗਾ ਛਪਾਰ ਦਾ ਮੇਲਾ ਤੇ ਫੋਰਥ ਹੈਗਾ ਕੋਰਾਲੀ ਦਾ ਮੇਲਾ ਤੇ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਜੀ ਜਰਗ ਦੇ ਮੇਲੇ ਵਿੱਚ ਆਪਸ਼ਨ ਨੰਬਰ ਬੀ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜਰਗ ਦਾ ਮੇਲਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਪਣਾ ਹੁੰਦਾ ਹੈ ਜੀ ਤਮਾਲ ਕਿਹੜੇ ਨਾਚ ਦੀ ਤਾਲ ਹੈ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਗਿੱਧਾ ਸੈਕਿੰਡ ਦਿੱਤਾ ਹੈ ਚੁੰਮਰ ਥਰਡ ਆਪਣੇ ਕੋਲ ਹੈਗਾ ਪੰਗੜਾ ਤੇ ਫੋਰਥ ਹੈਗਾ ਸੰਮੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਬੀ ਚੁੰਮਰ ਤਾਂ ਤਮਾਲ ਜਿਹੜੀ ਹੈਗੀ ਹੈ ਕਿ ਉਮਰ ਜਿਹੜੀ ਨਾਚ ਦੀ ਤਾਲ ਹੈਗੀ ਐ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਸੰਮੀ ਕਿਹੜੇ ਖੇਤਰ ਦਾ ਨਾਚ ਹੈ ਚਾਰ ਆਪਸ਼ਨ ਦਿੱਤੇ ਨੇ ਫਰਸਟ ਆਪਣੇ ਕੋਲ ਹੈਗਾ ਦੁਆਬਾ ਸੈਕਿੰਡ ਦਿੱਤਾ ਹੈ ਮਾਝਾ ਥਰਡ ਆਪਣੇ ਕੋਲ ਹੈਗਾ ਸਾਦਲ ਨਾਚ ਤੇ ਫੋਰਥ ਹੈਗਾ ਮਾਲਵਾ ਤਾਂ ਐਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 3 ਸਾਦਲ ਨਾਚ ਸੰਮੀ ਜਿਹੜਾ ਹੈਗਾ ਸਾਦਲਨਾਚ ਖੇਤਰ ਦਾ ਨਾਚ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਕੁੜੀਆਂ ਤੇ ਤੀਵੀਆਂ ਦਾ ਪ੍ਰਸਿੱਧ ਨਾਚ ਕਿਹੜਾ ਹੈਗਾ ਚਾਰ ਆਪਸ਼ਨ ਨੇ ਫਸਟ ਹੈਗਾ ਗਿੱਧਾ ਸੈਕਿੰਡ ਦਿੱਤਾ ਹੈ ਸੰਮੀ ਥਰਡ ਆਪਣੇ ਕੋਲੇ ਹੈਗਾ ਚੁੰਮਰ ਤੇ ਫੋਰਥ ਹੈਗਾ ਟਿੱਕਲੀ ਤਾਂ ਐਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਫਸਟ ਗਿੱਧਾ ਗਿੱਧਾ ਜਿਹੜਾ ਹੈਗਾ ਕੁੜੀਆਂ ਦਾ ਪ੍ਰਸਿੱਧ ਨਾਚ ਹੈਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਫਰਸਟ ਆਪਸ਼ਨ ਦਿੱਤਾ ਹੈ ਚੰਗ ਸੈਕਿੰਡ ਦਿੱਤਾ ਹੈ ਪਟਿਆਲਾ ਥਰਡ ਆਪਣੇ ਕੋਲ ਹੈਗਾ ਸਿਆਲਕੋਟ ਤੇ ਫੋਰਥ ਹੈਗਾ ਲਾਹੌਰ ਤਾਂ ਪੰਗੜਾ ਨਾਚ ਦਾ ਜਿਹੜਾ ਜਨਮ ਹੋਇਆ ਸੀ ਆਪਸ਼ਨ ਨੰਬਰ ਕੂੜਾ ਜਿਹੜਾ ਆਪਣਾ ਕਰੈਕਟ ਹੋ ਜਾਏਗਾ ਚੰਗ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਹੈਗਾ ਵੀਰ ਰਸਵਾੰਗ ਗਾਉਣ ਸਮੇਂ ਕਿਹੜੇ ਸਾਜ਼ ਦੀ ਲੋੜ ਹੁੰਦੀ ਹੈ ਫਿਰ ਤੋਂ ਰਿਪੀਟ ਕਰਦੇ ਆ ਜੀ ਵੀਰ ਰਸਵਾਰਾਂ ਸੋਰੀ ਵਾਰਾਂ ਗਾਉਣ ਸਮੇਂ ਕਿਹੜੇ ਸਾਜ਼ ਦੀ ਲੋੜ ਹੁੰਦੀ ਹੈ ਫਸਟ ਹੈਗਾ ਟੋਲ ਸੈਕੰਡ ਦਿੱਤਾ ਹੈ ਕਾਟੋ ਥਰਡ ਆਪਣੇ ਕੋਲੇ ਹੈਗਾ ਟੱਡ ਦੇ ਫੋਰ ਤੇ ਗੈ ਅਲਗੋਜਾ ਤਾਂ ਐਸ ਕੁਸ਼ਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ ਸੀ ਟੱਡ ਟੱਡ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਵੀਰ ਰਾਸਵਾਰਾਂ ਗਾਉਣ ਸਮੇਂ ਨੈਕਸਟ ਕੁਸ਼ਨ ਵੱਲ ਚਲਦੇ ਆ ਸਾਡਾ ਨੈਕਸਟ ਕੁਸ਼ਨ ਹੈਗਾ ਚੁੰਮਰ ਕਿਸ ਦਾ ਨਾਚ ਹੈ ਫਸਟ ਆਪਸ਼ਨ ਹੈਗਾ ਮਰਦਾਨਾ ਸੈਕੰਡ ਦਿੱਤਾ ਹੈ ਤੀਵੀਆਂ ਥਰਡ ਆਪਣੇ ਕੋਲੇ ਹੈਗਾ ਕੁੜੀਆਂ ਤੇ ਫੋਰ ਦਿੱਤਾ ਹੈ ਊੜਾ ਤੇ ਈੜੀ ਦੋਵੇਂ ਇੰਦਾ ਜਿਹੜਾ கரੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ 1 ਚੁੰਮਰ ਜਿਹੜਾ ਹੈਗਾ ਉਹ ਮਰਦਾਨਾ ਦਾ ਨਾਚ ਹੈ। ਨੈਕਸਟ ਕੁਐਸ਼ਨ ਵੱਲ ਚਲਦੇ ਆ। ਸਾਡਾ ਨੈਕਸਟ ਕੁਐਸ਼ਨ ਆਂਦਾ ਹੈ। 카ਟੋਨ ਨਾਮਕ ਸਾਜ ਕਿਹੜੇ ਨਾਚ ਨਾਲ ਸੰਬੰਧ ਰੱਖਦਾ? ਫਸਟ অপਸ਼ਨ ਦਿੱਤਾ ਹੈ ਸੰਮੀ, ਸੈਕੰਡ ਦਿੱਤਾ ਹੈ ਗਿੱਧਾ, 3 ਆਪਣੇ ਕੋਲ ਹੈਗਾ ਚੁੰਮਰ ਤੇ 4 ਦਿੱਤਾ ਹੈ ਪੰਗੜਾ। ਇਹਨਾਂ ਦਾ ਜਿਹੜਾ கரெக்ட் ஆன்சர் ਹੋ ਜਾਏਗਾ অপশন নাম্বার 4th ਪੰਗੜਾ 카ਟੋ ਨਾਮਕ ਸਾਜ ਜਿਹੜਾ ਹੈਗਾ ਪੰਗੜੇ ਨਾਚ ਨਾਲ ਜਿਹੜਾ ਸੰਬੰਧ ਰੱਖਦਾ नेक्स्ट ਕੁਐਸਚਨ ਵੱਲ ਚਲਦੇ ਆ नेक्स्ट ਕੁਐਸਚਨ ਆਂਦਾ ਹੈ ਫੁਲਕਾਰੀ ਕਲਾ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ ਫਰਸਟ অপਸ਼ਨ ਹੈਗਾ ਸੁਤੀ ਸੈਕੰਡ ਦਿੱਤਾ ਹੈ 19 ਥਰਡ ਹੈਗਾ ਰੇਸ਼ਮੀ ਤੇ 4th ਹੈਗਾ ਇਹ ਸਾਰੇ ਇੰਦਾ ਜਿਹੜਾ கரੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ E ਡੀ ਰੇਸ਼ਮੀ ਫੁਲਕਾਰੀ ਕਲਾ ਵਿੱਚ ਰੇਸ਼ਮੀ ਤਾਗਾ ਜਿਹੜਾ ਵਰਤਿਆ ਜਾਂਦਾ ਹੈ ਨੈਕਸਟ ਕੁਐਸ਼ਨ ਵੱਲ ਚਲਦੇ ਆ ਨੈਕਸਟ ਕੁਐਸ਼ਨ ਆਂਦਾ ਹੈ ਅਲਗੋਜਾ ਸਾਜ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ ਫਰਸਟ অপਸ਼ਨ ਹੈਗਾ ਸੰਮੀ ਸੈਕੰਡ ਦਿੱਤਾ ਹੈ ਗਿੱਧਾ ਥਰਡ ਆਪਣੇ ਕੋਲ ਹੈਗਾ ਚੁੰਮਰ ਤੇ ਫੋਰਥ ਹੈਗਾ ਪੰਗੜਾ ਤਾਂ ਅਲਗੋਜਾ ਸਾਜ ਦੀ ਵਰਤੋਂ ਕੀਤੀ ਜਾਂਦੀ ਹੈ ਪੰਗੜੇ ਵਿੱਚ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਆਂਦਾ ਹੈ ਪਿੰਗਾ ਕਿਹੜੇ ਤਿਉਹਾਰ ਦਾ ਪ੍ਰਤੀਕ ਹੈ ਫਸਟ ਆਪਸ਼ਨ ਦਿੱਤਾ ਹੈ ਜਗਰਾਂਵਾਂ ਦੀ ਰੋਸ਼ਨੀ ਸੈਕੰਡ ਦਿੱਤਾ ਹੈ ਤੀਆਂ ਥਰਡ ਹੈਗਾ ਵਿਸਾਖੀ ਤੇ ਫੋਰਥ ਹੈਗਾ ਮਾਗੀ ਤਾਂ ਪਿੰਗਾ ਜਿਹੜੇ ਹੈਗੇ ਆ ਤੀਆਂ ਤਿਉਹਾਰ ਦਾ ਜਿਹੜਾ ਪ੍ਰਤੀਕ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸ਼ਨ ਆਂਦਾ ਹੈ ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫਰਸਟ ਆਪਸ਼ਨ ਹੈਗਾ ਅਸੂ ਸੈਕੰਡ ਦਿੱਤਾ ਹੈ ਚੇਤ ਥਰਡ ਆਪਣੇ ਕੋਲ ਹੈਗਾ ਫੱਗਣ ਤੇ ਫੋਰਥ ਹੈਗਾ ਸਾਵਣ ਤਾਂ ਤੀਆਂ ਦਾ ਤਿਉਹਾਰ ਹੈ ਜਿਹੜਾ ਉਹ ਸਾਵਣ ਵਿੱਚ ਮਨਾਇਆ ਜਾਂਦਾ ਹੈ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਨੈਕਸਟ ਕੁਐਸ਼ਨ ਹੈਗਾ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਦਾ ਸੰਬੰਧ ਕਿਸ ਨਾਲ ਹੈ ਫਰਸਟ ਆਪਸ਼ਨ ਹੈਗਾ Hindu ਧਰਮ ਨਾਲ ਸੈਕਿੰਡ ਦਿੱਤਾ ਹੈ Sikh ਧਰਮ ਨਾਲ ਥਰਡ ਹੈਗਾ Sufi ਮਤ ਨਾਲ ਤੇ ਫੋਰਥ ਹੈਗਾ Vaishnav ਮਤ ਨਾਲ ਹ ਜਿਹੜਾ ਜਗਰਾਵਾਂ ਦੀ ਰੋਸ਼ਨੀ ਨਾਮਕ ਮੇਲਾ ਹੈ ਉਹ ਸੰਬੰਧਿਤ ਹੈਗਾ Sufi ਮਤ ਨਾਲ ਆਪਸ਼ਨ E ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਹੈਗਾ ਪ੍ਰੋਫੈਸਰ ਮੋਨ ਸਿੰਘ ਮੇਲਾ ਕਿੱਥੇ ਲੱਗਦਾ ਹੈ ਫਰਸਟ ਆਪਸ਼ਨ ਦਿੱਤਾ ਹੈ ਚੰਡੀਗੜ੍ਹ ਸੈਕਿੰਡ ਦਿੱਤਾ ਹੈ ਲੁਧਿਆਣਾ 3rd ਆਪਣੇ ਕੋਲ ਹੈਗਾ ਜਲੰਧਰ ਤੇ 4th ਦਿੱਤਾ ਹੈ ਪਟਿਆਲਾ ਤਾਂ ਪ੍ਰੋਫੈਸਰ ਮੋਨ ਸਿੰਘ ਮੇਲਾ ਜਿਹੜਾ ਲੱਗਦਾ ਉਹ ਲੱਗਦਾ ਹੈ ਜੀ ਲੁਧਿਆਣਾ ਆਪਸ਼ਨ ਇਹੜਾ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਹੋਲਾ ਮੱਲਾ ਦਾ ਤਿਉਹਾਰ ਕਿਸ ਨੇ ਸ਼ੁਰੂ ਕੀਤਾ ਸੀ ਫਸਟ ਆਪਸ਼ਨ ਹੈਗਾ ਗੁਰੂ ਹਰਗੋਬਿੰਦ ਜੀ ਸੈਕਿੰਡ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ 3rd ਆਪਣੇ ਕੋਲ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਤੇ 4th ਹੈਗਾ ਬੰਦਾ ਬਹਾਦਰ ਜੀ ਤਹੱਲਾ ਮੋਲਾ ਦਾ ਤਿਉਹਾਰ ਹੈ ਜਿਹੜਾ ਉਹ ਸਟਾਰਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਇਹੜਾ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਨੈਕਸਟ ਕੁਐਸਚਨ ਹੈਗਾ ਹਰ ਸਾਲ ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਤਾਂ ਫਰਸਟ অপਸ਼ਨ ਦਿੱਤਾ ਹੈ 13 ਫਰਵਰੀ ਸੈਕਿੰਡ ਦਿੱਤਾ ਹੈ 13 ਜਨਵਰੀ 3rd ਆਪਣੇ ਕੋਲ ਹੈਗਾ 13 April ਤੇ 4th ਹੈਗਾ 13 March ਤਾਂ ਹਰ ਸਾਲ ਜਿਹੜਾ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ 13 ਜਨਵਰੀ ਨੂੰ ਆਪਸ਼ਨ ਹੈ ਇਹੜਾ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਆਉਂਦਾ ਹੈ ਰਖੜੀ ਦਾ ਤਿਉਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਫਸਟ ਆਪਣੇ ਕੋਲ ਆਪਸ਼ਨ ਹੈਗਾ ਚੇਤ ਸੈਕਿੰਡ ਦਿੱਤਾ ਹੈ ਫੱਗਣ ਥਰਡ ਆਪਣੇ ਕੋਲ ਹੈਗਾ ਮਾਗ ਤੇ ਫੋਰਥ ਹੈਗਾ ਸਾਵਣ ਤਾਂ ਰਖੜੀ ਦਾ ਜਿਹੜਾ ਤਿਉਹਾਰ ਬਣਾਇਆ ਜਾਂਦਾ ਹੈ ਉਹ ਬਣਾਇਆ ਜਾਂਦਾ ਹੈ ਸਾਵਣ ਵਿੱਚ অপਸ਼ਨ ਡੀ ਆਪਣਾ ਜਿਹੜਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਛਪਾਰ ਦਾ ਮੇਲਾ ਕਿਸ ਦੀ ਸਮਾਤੇ ਲੱਗਦਾ ਹੈ ਫਰਸਟ অপਸ਼ਨ ਹੈਗਾ ਗੁੰਗਾ ਪੀਰ ਸੈਕੰਡ ਹੈਗਾ ਬਾਬਾ ਫਰੀਦ ਥਰਡ ਹੈਗਾ ਜਾਮੁਦੀਨ ਓਲਿਆ ਤੇ 4 ਤੇ ਹੈ ਪੀਰ ਮੁਹੰਮਦ ਸ਼ਾ ਤਾਂ ਜਿਹੜਾ ਛਪਾਰ ਦਾ ਜਿਹੜਾ ਮੇਲਾ ਲੱਗਦਾ ਹੈ ਉਹ ਲੱਗਦਾ ਹੈ ਜੀ ਗੁੰਗਾ ਪੀਰ ਦੇ ਸਮਾਦ ਤੇ ਆਪਸ਼ਨ ਫਰਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਆਪਣਾ ਕੁਸ਼ਨ ਹੈਗਾ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਤਾਂ ਫਰਸਟ ਆਪਸ਼ਨ ਦਿੱਤਾ ਹੈ ਲੁਧਿਆਣਾ ਸੈਕਿੰਡ ਦਿੱਤਾ ਹੈ ਜਲੰਧਰ ਥਰਡ ਆਪਣੇ ਕੋਲ ਹੈਗਾ ਅੰਮ੍ਰਿਤਸਰ ਤੇ ਫੋਰਥ ਦਿੱਤਾ ਹੈ ਮੁਕਸਰ ਤਾਂ ਜਿਹੜਾ ਪੰਜਾਬ ਵਿੱਚ ਕਿਸਾਨ ਮੇਲਾ ਲੱਗਦਾ ਹੈ ਲੁਧਿਆਣੇ ਵਿੱਚ অপਸ਼ਨ ਫਰਸਟ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਲਾਸਟ ਕੁਐਸਚਨ ਵੱਲ ਚਲਦੇ ਹਾਂ ਲਾਸਟ ਕੁਐਸਚਨ ਹੈਗਾ ਕਿੱਕਲੀ ਕਿਸ ਦਾ ਨਾਚ ਹੈ ਤਾਂ ਫਰਸਟ অপਸ਼ਨ ਹੈਗਾ ਮੁੰਡਿਆਂ ਦਾ ਸੈਕਿੰਡ ਦਿੱਤਾ ਹੈ ਕੁੜੀਆਂ ਦਾ ਥਰਡ ਹੈਗਾ ਤੀਵੀਆਂ ਦਾ ਤੇ ਫੋਰਥ ਹੈਗਾ ਏੜਾ ਤੇ ਈੜੀ ਦੋਵੇਂ ਤਾਂ ਇਹ ਜਿਹੜਾ ਕੁਸ਼ਨ ਹੈ ਇਹ ਤੁਹਾਡੇ ਲਈ ਹੈਗਾ ਇਸ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਚ ਚੈੱਕ ਕਰਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ